2022 ਦੀਆਂ ਕਹਾਣੀਆਂ ਕਿੱਧਰ ਨੂੰ ਜਾ ਰਹੀਆਂ? ਟਾਈਮ ਬਹੁਤ ਥੋੜਾ ਰਹਿ ਗਿਆ, ਉਹਦੇ ਬਾਵਜੂਦ ਵੀ ਕਿਸੇ ਇੱਕ ਪਾਰਟੀ ਕੋਲ ਕੋਈ ਇੱਕ ਨੈਰੇਟਿਵ ਨਹੀਂ ਹੈ, ਪਰ ਕਿਸੇ ਵੀ ਇੱਕ ਪਾਰਟੀ ਦਾ ਨੈਰੇਟਿਵ ਬਿਲਡ ਨਹੀਂ ਹੋ ਰਿਹਾ। ਦੇਰ ਇਜ਼ ਨੋ ਨੈਰੇਟਿਵ। ਕਿਸਾਨ ਅੰਦੋਲਨ ਨੇ ਪੰਜਾਬ ਦੇ ਅੰਦਰ ਇੱਕ ਨਵੀਂ ਰਾਜਨੀਤਿਕ ਚੇਤਨਾ ਲਿਆਂਦੀ ਹੈ। ਕਿਸਾਨ ਅੰਦੋਲਨ ਨੂੰ ਕਿਸਾਨ ਅੰਦੋਲਨ ਵਾਂਗੂ ਨਹੀਂ ਦੇਖਣਾ ਚਾਹੀਦਾ, ਉਹੀ ਬੰਦੇ ਖਤਾ ਵੀ ਖਾਣਗੇ ਜਿਨ੍ਹਾਂ ਨੂੰ ਲੱਗਦਾ। ਜੇ ਗੱਲ ਨਵੇਂ ਪਲੇਅਰਾਂ ਦੀ ਕਰੀਏ, ਨਵੇਂ ਪਲੇਅਰ ਕਿਹੜੇ ਆ ਰਹੇ ਆ ਅਤੇ ਕਿਸਾਨ ਲੀਡਰ ਇਹਨਾਂ ਪਲੇਅਰਾਂ 'ਚ ਨਜ਼ਰ ਆਉਣਗੇ? ਕਿਸਾਨਾਂ ਦਾ ਵੀ ਕਿਤੇ ਨਾ ਕਿਤੇ ਜਾਣ ਦਾ ਸਾਨੂੰ ਪਤਾ ਲੱਗਿਆ ਕਿ ਕਿਸਾਨ ਵੀ ਕਿਤੇ ਜਾ ਸਕਦੇ ਨੇ ਜਾਂ ਕਿਸਾਨ ਆਪਣਾ ਕੋਈ ਮੰਚ ਬਣਾ ਸਕਦੇ ਨੇ। ਜਿਵੇਂ TMC ਬਾਰੇ ਕੋਈ ਜੱਜ ਨਹੀਂ ਕਰ ਰਿਹਾ ਹੋਣਾ ਕਿ TMC ਆ ਸਕਦੀ ਹੈ। ਤੁਸੀਂ ਤ੍ਰਿਪੁਰਾ 'ਚ ਦੇਖੋ, ਉਹ 20% ਦੇ ਉੱਤੇ ਚਲੇ ਜਾਂਦੇ ਨੇ। ਮਮਤਾ ਬੈਨਰਜੀ ਦਾ ਖਾਸ ਤੌਰ ਦੇ ਉੱਤੇ ਜਦੋਂ ਮਮਤਾ ਜਿੱਤੇ ਨੇ ਪੰਜਾਬ ਨੇ, ਉਹਨਾਂ ਨੂੰ ਕਿੰਨਾ ਸੈਲੀਬ੍ਰੇਟ ਕੀਤਾ ਸੀ। ਕਿਸਾਨ TMC 'ਤੇ ਤਾਂ ਨਹੀਂ ਲੜ ਜਾਣਗੇ। ਬਹੁਤ ਸਾਰਾ ਪ੍ਰੈਸ਼ਰ ਕਿਸਾਨਾਂ 'ਤੇ ਇਹ ਹੈਗਾ, ਬੁੱਧੀਜੀਵੀਆਂ ਦਾ, ਹੋਰ ਲੋਕਾਂ ਦਾ, ਕਿ ਤੁਹਾਡੇ ਕੋਲ ਮੌਕਾ ਪੰਜਾਬ ਨੂੰ ਸਾਂਭਣ ਦਾ। ਤੁਸੀਂ ਗੱਲ ਕੀਤੀ ਸੀ 25% ਵੋਟ ਸ਼ੇਅਰ ਫਾਰਮੂਲੇ ਦੀ ਰਾਜਨੀਤੀ ਰਿਪੋਰਟ ਵਿੱਚ ਪਿਛਲੇ ਦਿਨੀ, ਲੱਗਦਾ ਉਹ ਜਿਹੜਾ ਫਾਰਮੂਲਾ ਕੰਮ ਕਰੂਗਾ ਅੱਜ। ਚਾਹੇ ਜਿੰਨਾ ਮਰਜ਼ੀ ਇੱਥੇ ਐਂਟੀ ਮੋਦੀ ਨੈਰੇਟਿਵ ਬਿਲਡ ਹੋਇਆ, ਉਹਦੇ ਨਾਲ ਇੱਕ ਭਾਈਚਾਰੇ ਦਾ ਪੋਲਰਾਈਜੇਸ਼ਨ ਵੀ ਹੁੰਦਾ ਗਾ। ਅੱਜ ਕੱਲ੍ਹ ਕੋਈ ਕਹਿ ਰਿਹਾ ਸੀਗਾ ਕਿ ਜਿੰਨਾ ਕੋਈ RSS ਨੂੰ ਟਾਰਗੇਟ ਕਰੇਗਾ ਉਨਾ ਹੀ ਹਿੰਦੂ ਪੋਲਰਾਈਜ਼ ਹੁੰਦਾ ਜਾਏਗਾ। 3 ਸੀਟਾਂ 'ਤੇ ਲੜਦੇ ਨੇ ਅਗਲੇ, ਕਿੰਨੀਆਂ ਜਿੱਤੇ ਜਾਂਦੇ ਨੇ? 2 ਸੀਟਾਂ ਜਿੱਤੇ ਜਾਂਦੇ ਨੇ। ਹੁਸ਼ਿਆਰਪੁਰ ਜਿੱਤਦੇ ਨੇ ਉਹ, ਅਤੇ ਦੂਸਰੀ ਸੀਟ ਵੀ ਜਿੱਤੇ ਜਾਂਦੇ ਨੇ। ਤੀਜਾ ਗੁਰਦਾਸਪੁਰ, ਅੰਮ੍ਰਿਤਸਰ ਉਹ ਹਾਰ ਜਾਂਦੇ ਨੇ। ਤਾਂ ਉਹਨਾਂ ਦਾ ਸਟ੍ਰਾਈਕ ਰੇਟ ਕੱਢ ਲਓ ਤੁਸੀਂ ਬਾਕੀਆਂ ਦੇ ਮੁਕਾਬਲੇ, ਉਹਨਾਂ ਦੀ ਪਰਸੈਂਟੇਜ ਕੱਢ ਲਓ। BJP ਸੀਟਾਂ ਨਾ ਟਰਾਂਸਲੇਟ ਕਰ ਸਕੇ, ਪਰਸੈਂਟੇਜ ਵੱਡਾ ਟਰਾਂਸਲੇਟ ਕਰੇਗੀ। ਲੜਾਈ ਦੇ ਵਿੱਚ ਚਿਹਰੇ ਇੰਪੋਰਟੈਂਟ ਰਹਿਣਗੇ ਜਾਂ ਵਿਚਾਰਧਾਰਾ, ਜਾਂ ਗੱਲ ਕਰੀਏ ਜਿਹੜੇ ਕਾਰਡ ਖੇਡੇ ਜਾ ਰਹੇ, ਜਿਹੜੇ ਪੱਤੇ ਖੇਡੇ ਜਾ ਰਹੇ? ਆਈਡੀਓਲੋਜੀ ਵਾਲਾ ਦੌਰ ਇੰਨਾ ਭਾਰੂ ਨਹੀਂ ਹੈ, ਕਿਉਂਕਿ ਪ੍ਰਿੰਸੀਪਲ ਹੀ ਸਾਰੀਆਂ ਪਾਰਟੀਆਂ ਤਕਰੀਬਨ ਆਪਣੀ ਆਈਡੀਓਲੋਜੀ ਤੋਂ ਹਿੱਲ ਚੁੱਕੀਆਂ ਨੇ। ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਮੰਨ ਲਓ ਮਮਤਾ ਬੈਨਰਜੀ ਵੀ ਐਂਟਰੀ ਮਾਰ ਜਾਂਦੇ ਨੇ। 2 ਪਾਰਟੀਆਂ ਦਾ ਸਾਨੂੰ ਹੋਰ ਪਤਾ ਲੱਗਿਆ ਜਿਹੜੀਆਂ। ਸਵਾਲ ਇਹ ਨਹੀਂ ਹੈਗਾ, ਸਵਾਲ ਇਹ ਹੈਗਾ ਕਿ ਜਦੋਂ ਇਹ ਬਹੁਤ ਸਾਰੇ ਪਲੇਅਰ ਹੋ ਜਾਣਗੇ ਤਾਂ ਫਿਰ ਮਾਰਜਨਸ ਦਾ ਵੀ ਫਰਕ ਬਹੁਤ ਥੋੜ੍ਹਾ ਰਹੇਗਾ। ਸੁਖਪਾਲ ਸਿੰਘ ਬਾਦਲ ਹੈ, ਪੁਰਾਣੇ ਜਿਹੜੇ ਲੀਡਰ ਹੁੰਦੇ ਸੀ ਉਹ ਪੜ੍ਹ ਲੈਂਦੇ ਸੀਗੇ ਇਲਾਕਿਆਂ ਨੂੰ, ਹਲਕਿਆਂ ਨੂੰ, ਰੀਡਿੰਗ ਉਹਨਾਂ ਦੀ ਇੱਕ ਹੁੰਦੀ ਸੀ। ਇਸ ਵਾਰ ਉਹ ਜਜਮੈਂਟ ਦੇਣੀ। ਦੋ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ, 2022 ਦੀਆਂ ਕਹਾਣੀਆਂ ਕਿੱਧਰ ਨੂੰ ਜਾ ਰਹੀਆਂ ਨੇ, ਇਸੇ ਨੂੰ ਕਰਾਂਗੇ ਡੀ ਸਾਡੇ ਪ੍ਰੋਗਰਾਮ ਰਾਜਨੀਤੀ ਡੀ ਕੋਡ 'ਚ। ਯਾਦਵਿੰਦਰ ਜੀ, 2022 ਦੀਆਂ ਕਹਾਣੀਆਂ ਕਿੱਧਰ ਨੂੰ ਜਾ ਰਹੀਆਂ ਨੇ? ਦੇਖੋ, 2022 ਦੀਆਂ ਚੋਣਾਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ, ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਟਾਈਮ ਬਹੁਤ ਥੋੜ੍ਹਾ ਰਹਿ ਗਿਆ, ਉਹਦੇ ਬਾਵਜੂਦ ਵੀ ਕਿਸੇ ਇੱਕ ਪਾਰਟੀ ਕੋਲ ਕੋਈ ਇੱਕ ਨੈਰੇਟਿਵ ਨਹੀਂ ਹੈ ਜਿਹਦੇ ਜ਼ਰੀਏ ਉਹ ਅੱਗੇ ਵਧੇ। ਨਿੱਕੇ ਨਿੱਕੇ ਬਿਰਤਾਂਤ ਨੇ, ਇੱਕ ਮਹਾਂਬਿਰਤਾਂਤ ਹੁੰਦਾ ਹੈ, ਮਹਾਂਬਿਰਤਾਂਤ ਕਿਸੇ ਦਾ ਨਹੀਂ ਬਣ ਰਿਹਾ ਗਾ, ਯਾਨੀ ਵੱਡਾ ਨੈਰੇਟਿਵ ਜਿਹੜਾ ਹੁੰਦਾ ਗਾ ਉਹ ਬਿਲਡ ਨਹੀਂ ਹੋ ਰਿਹਾ ਗਾ। ਗ੍ਰੇਟ ਨੈਰੇਟਿਵ ਕਹਿੰਦੇ ਜਿਹਨੂੰ ਆਪਾਂ, ਉਹ ਗ੍ਰੇਟ ਨੈਰੇਟਿਵ ਨੇ ਹੀ ਚੋਣ ਅੱਗੇ ਲਿਆਉਣੀ ਹੁੰਦੀ ਹੈ। ਚੋਣ ਦਾ ਮਤਲਬ ਕੀ ਹੁੰਦਾ? ਚੋਣ 2 ਚੀਜ਼ਾਂ ਮੈਂ ਮੰਨਦਾ ਗਾ ਕਿ ਚੋਣਾਂ 'ਚ 2 ਚੀਜ਼ਾਂ ਅਹਿਮ ਹੁੰਦੀਆਂ ਨੇ, ਜਾਂ ਕਿਸੇ ਲਹਿਰਾਂ 'ਚ ਵੀ ਕਿਸੇ ਵੀ ਚੀਜ਼ ਦੇ ਅੰਦਰ 2 ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਨੇ। ਇੱਕ ਹੁੰਦਾ ਤੁਹਾਡਾ ਨੈਰੇਟਿਵ ਕੀ ਆ, ਦੂਜਾ ਉਸ ਨੈਰੇਟਿਵ ਦੇ ਉੱਤੇ ਕੀ ਓਪੀਨੀਅਨ ਮੇਕ ਹੋ ਰਿਹਾ, ਯਾਨੀ ਉਸ ਨੈਰੇਟਿਵ ਨੂੰ ਜੋ ਤੁਸੀਂ ਬਿਲਡ ਕਰ ਦਿੰਦੇ ਹੋ, ਤੁਹਾਡੇ ਓਪੀਨੀਅਨ ਮੇਕਰ ਹੁੰਦੇ ਨੇ ਜਿਹਦਾ ਨੈਰੇਟਿਵ ਜਿਹਨੂੰ ਠੀਕ ਲੱਗਦਾ। ਮੰਨ ਲਓ 4 ਨੈਰੇਟਿਵ ਨੇ, ਪਰ ਇੱਕ ਨੈਰੇਟਿਵ ਇੱਕ ਵੱਡੇ ਲਿਬਰਲ ਹਿੱਸੇ ਨੂੰ ਜੱਚ ਗਿਆ, ਉਹ ਨੈਰੇਟਿਵ ਨੂੰ ਆਪਣੇ ਓਪੀਨੀਅਨ ਦੇ ਜ਼ਰੀਏ, ਯਾਨੀ ਉਹਨੂੰ ਆਪਣਾ ਓਪੀਨੀਅਨ ਬਣਾਉਂਦਾ, ਓਪੀਨੀਅਨ ਮੇਕਰ ਉਸ ਗੱਲ ਨੂੰ ਅੱਗੇ ਲੈ ਕੇ ਜਾਂਦੇ ਨੇ। ਪਰ ਇਸ ਵਾਰ ਆਪਾਂ ਦੇਖ ਰਹੇ ਹਾਂਗੇ ਕਿ ਹਰ ਪਾਰਟੀ ਕਦੇ ਕੋਈ ਬੰਦਾ ਸ਼ਾਮਿਲ ਕਰਕੇ ਮੋਮੈਂਟਮ ਬਣਾਉਣਾ ਚਾਹੁੰਦੀ ਹੈ, ਕਦੇ ਕੋਈ
ਵੱਖ ਵੱਖ ਕਾਰਡ ਖੇਡ ਕੇ, ਕੋਈ ਦਲਿਤ ਕਾਰਡ ਖੇਡ ਕੇ, ਕੋਈ ਦਿੱਲੀ ਮਾਡਲ ਦਿਖਾ ਕੇ, ਕੋਈ ਰੀਜਨਲ ਮਾਡਲ ਕਿ ਖੇਤਰੀ ਪਾਰਟੀ ਤਾਂ ਅਸੀਂ ਹਾਂ, ਆਪਣੇ ਆਪਣੇ ਤਰੀਕੇ ਦੇ ਨਾਲ ਆਪਣਾ ਨੈਰੇਟਿਵ ਬਿਲਡ ਕਰ ਰਹੀਆਂ ਨੇ, ਪਰ ਕਿਸੇ ਵੀ ਇੱਕ ਪਾਰਟੀ ਦਾ ਨੈਰੇਟਿਵ ਬਿਲਡ ਨਹੀਂ ਹੋ ਰਿਹਾ। ਦੇਰ ਇਜ਼ ਨੋ ਨੈਰੇਟਿਵ। ਕਿਉਂ ਆ ਇਹ? ਇਹਦਾ ਕਾਰਨ ਇਹ ਆ ਕਿ ਬਹੁਤ ਸਾਰੇ ਅਸਰ ਚੋਣਾਂ ਦੇ ਉੱਤੇ ਪਿਛਲੇ ਮਹੀਨਿਆਂ ਦੇ ਜਿਹੜੇ ਪਏ ਨੇ, ਉਹਦੇ ਸਭ ਤੋਂ ਵੱਡਾ ਕਿਸਾਨ ਅੰਦੋਲਨ ਰਿਹਾ। ਬਹੁਤ ਸਾਰੇ ਲੋਕਾਂ ਦਾ ਮੰਨਣਾ ਕਿ ਕਿਸਾਨ ਅੰਦੋਲਨ ਉਸ ਤਰੀਕੇ ਦਾ ਅਸਰ ਨਹੀਂ ਹੈ, ਪਰ ਕਿਸਾਨ ਅੰਦੋਲਨ ਨੇ ਗੱਲ ਕੱਲੀ ਇਹ ਨਹੀਂ ਹੈ ਕਿ ਕਿਸਾਨ ਅੰਦੋਲਨ ਨੇ ਕਿਸਾਨੀ ਨੂੰ ਹੀ ਜਾਗਰਿਤ ਕੀਤਾ ਜਾਂ ਕਿਸਾਨ ਅੰਦੋਲਨ ਨੇ ਕਿਸਾਨੀ ਦੇ ਮੁੱਦੇ ਦੇ ਉੱਤੇ ਹੀ ਇੱਕ ਨੈਰੇਟਿਵ ਬਿਲਡ ਕੀਤਾ। ਕਿਸਾਨ ਅੰਦੋਲਨ ਨੇ ਪੰਜਾਬ ਦੇ ਅੰਦਰ ਇੱਕ ਨਵੀਂ ਰਾਜਨੀਤਿਕ ਚੇਤਨਾ ਲਿਆਂਦੀ ਹੈ। ਨਵੀਂ ਰਾਜਨੀਤਿਕ ਚੇਤਨਾ 'ਚ ਪਿੰਡਾਂ ਦੇ ਜਿਹੜੇ ਬੰਦੇ ਬੈਠੇ ਨੇ, ਜਿਹੜੇ ਆਮ ਲੋਕ ਨੇ, ਜਿਹੜੇ ਸਾਡੇ ਬਜ਼ੁਰਗ ਨੇ, ਜਿਨ੍ਹਾਂ ਨੂੰ ਨਹੀਂ ਪਤਾ ਸੀ ਵਰਲਡ ਬੈਂਕ ਕੀ ਹੈ, ਜਿਨ੍ਹਾਂ ਨੂੰ ਨਹੀਂ ਪਤਾ ਸੀ IMF ਕੀ ਹੈ, ਜਿਨ੍ਹਾਂ ਨੂੰ ਨਹੀਂ ਪਤਾ ਸੀ GATT ਕੀ ਹੈ, ਜਿਨ੍ਹਾਂ ਨੂੰ ਨਹੀਂ ਪਤਾ ਸੀਗਾ ਦੁਨੀਆ ਦੇ ਸਮਝੌਤੇ ਕੀ ਹੁੰਦੀ ਹੈ, ਕੌਮਾਂਤਰੀ ਸਿਆਸਤ ਕੀ ਹੁੰਦੀ ਹੈ, ਉਹਨਾਂ ਤੱਕ ਉਹ ਗੱਲਾਂ ਪਹੁੰਚੀਆਂ ਨੇ। ਉਹ ਗੱਲਾਂ ਦੇ ਨਾਲ ਨਾਲ ਉਹ ਆਪਣੀ ਰੀਜਨਲ ਪੋਲੀਟਿਕਸ ਨੂੰ ਵੀ, ਇੱਥੋਂ ਦੀ ਜਿਹੜੀ ਖੇਤਰੀ ਰਾਜਨੀਤੀ ਹੈ ਉਹਦੇ ਉੱਤੇ ਵੀ ਆਪਣੀ ਇੱਕ ਸਮਝ ਬਿਲਡ ਕਰ ਰਹੇ ਨੇ। ਇਸੇ ਕਰਕੇ ਤੁਸੀਂ ਦੇਖੋਗੇ ਆਮ ਤੌਰ ਦੇ ਉੱਤੇ, ਜੇ ਮੈਂ ਐਗਜ਼ਾਮਪਲ ਲਈ ਕਹਿਣਾ ਹੈਗਾ, ਜਿਹੜੀਆਂ ਜਮ੍ਹਾਂ ਬਹੁਤ ਨੇੜਿਓਂ ਚੋਣਾਂ ਦੇਖੀਆਂ ਨੇ, ਜਿਹਨਾਂ ਸਾਨੂੰ ਸੁਰਤ ਸੰਭਾਲ ਲਈ, ਜਿਹਨਾਂ ਅਸੀਂ ਪੂਰੀ, ਹਾਲਾਂਕਿ ਚੋਣਾਂ ਤਾਂ ਅਸੀਂ 97 ਦੇ ਦੇਖਦੇ ਆ ਰਹੇ ਹਾਂਗੇ, 97 ਤੋਂ ਪਹਿਲਾਂ, ਪਰ ਜੇ ਆਪਾਂ 2002 ਦੀ ਗੱਲ ਕਰ ਲਈਏ, 2002 'ਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਲਡ ਕੀਤਾ, ਐਂਟੀ ਬਾਦਲ ਸੈਂਟੀਮੈਂਟ ਖੜ੍ਹਾ ਹੋਇਆ, ਇੱਕ ਨੈਰੇਟਿਵ ਬਿਲਡ ਹੋ ਗਿਆ ਸੀ ਚੋਣਾਂ ਤੋਂ ਪਹਿਲਾਂ, 2 ਮਹੀਨੇ ਪਹਿਲਾਂ ਜੇ ਆਪਾਂ ਕਹਿ ਦਈਏ, 2 ਮਹੀਨੇ ਹੁਣ ਬੱਚੇ ਨੇ, ਯਾਨੀ ਬਿਲਡ ਹੋਣਾ ਚਾਹੀਦਾ, ਦਸੰਬਰ ਅਤੇ ਜਨਵਰੀ ਲਓ, ਫਰਵਰੀ ਦਾ ਚੋਣ ਹੋ ਜਾਣੀ ਆ, ਤਾਂ ਇੱਕ ਨੈਰੇਟਿਵ ਬਿਲਡ ਹੋ ਜਾਣਾ ਚਾਹੀਦਾ ਸੀਗਾ 2002 'ਚ ਹੋਇਆ। ਫਿਰ 2007 'ਚ ਜਿਹੜਾ ਕਾਂਗਰਸ ਨੂੰ ਝਟਕਾ ਲੱਗਦਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਸਿਟੀ ਸਕੈਮ ਅਤੇ ਹੋਰ ਬਹੁਤ ਸਾਰੇ ਇਸ਼ੂ ਅਕਾਲੀ ਦਲ ਲੈ ਕੇ ਆਉਂਦਾ ਹੈਗਾ, ਇਹਦੇ ਬਾਵਜੂਦ ਕਿ ਡੇਰਾ ਸਿਰਸਾ ਕਾਂਗਰਸ ਦੇ ਨਾਲ ਖੜ੍ਹਾ ਸੀ, ਮਾਲਵੇ 'ਚ ਉਹ ਅਕਾਲੀ ਦਲ ਸਾਫ਼ ਹੋ ਜਾਂਦਾ, ਮਾਝੇ ਅਤੇ ਦੁਆਬੇ 'ਚੋਂ ਸਪੋਰਟ ਮਿਲਦੀ ਹੈ, 2007 'ਚ ਅਕਾਲੀ ਦਲ ਸੱਤਾ 'ਚ ਆ ਜਾਂਦਾ। 2012 ਦੀਆਂ ਚੋਣਾਂ 'ਚ ਦੇਖ ਲਓ, 2012 ਦੀਆਂ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਦੀਆਂ ਬਹੁਤ ਸਾਰੀਆਂ ਸਕੀਮਾਂ ਨੂੰ, ਜਿਵੇਂ ਆਟਾ ਦਾਲ ਸਕੀਮ ਨੂੰ 420 ਕਹਿਤਾ ਸੀ ਉਹਨਾਂ ਨੇ, ਜਿਹਦਾ ਖਮਿਆਜ਼ਾ ਹੀ ਭੁਗਤਣਾ ਪਿਆ, ਕਿਉਂਕਿ ਉਹ ਇੱਕ ਆਮ ਲੋਕਾਂ 'ਚ ਕੰਮ ਕਰ ਰਹੀ ਸੀ, ਇਹਨਾਂ ਨੇ ਕਿਹਾ ਆਟਾ ਦਾਲ ਸਕੀਮ 420 ਕਰ ਰਹੇ ਨੇ ਬਾਦਲ, ਪਰ ਉਲਟਾ ਪੈ ਗਿਆ ਕੈਪਟਨ ਅਮਰਿੰਦਰ ਸਿੰਘ 'ਤੇ। ਔਰ ਸੀਟ ਟੂ ਸੀਟ ਮੈਨੇਜਮੈਂਟ ਸੀ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਜਾਂ ਕਹੀਏ ਅਕਾਲੀ ਦਲ ਦੀ ਟੀਮ ਦੀ, ਉਹ ਬੜੀ ਜ਼ਬਰਦਸਤ ਸੀ। ਜਸਮੀਤ ਸਿੰਘ ਸੈਣੀ ਦਾ ਰੋਲ ਵੀ ਕਿਹਾ ਜਾਂਦਾ, ਬਹੁਤ ਸਾਰੇ ਲੋਕਾਂ ਦਾ ਕਿਹਾ ਜਾਂਦਾ, ਬੜੇ ਤਰੀਕੇ ਦੇ ਨਾਲ, ਬੜੀ ਮੈਨੇਜ ਤਰੀਕੇ ਦੇ ਨਾਲ, ਜਿਹੜਾ ਮਨੀ ਪਾਵਰ, ਮਸਲ ਪਾਵਰ, ਹਰ ਤਰੀਕੇ ਨੂੰ ਬੜੇ ਬਿਹਤਰ ਤਰੀਕੇ ਨਾਲ ਉਹਨਾਂ ਨੇ, ਜਿਵੇਂ ਚੋਣਾਂ 'ਚ ਹੁੰਦਾ ਹਰ ਪਾਰਟੀ ਕਰਦੀ ਹੈ, ਯੂਜ਼ ਕਰਕੇ 2012 'ਚ ਉਹਨਾਂ ਨੇ ਇੱਕ ਨੈਰੇਟਿਵ ਪਹਿਲਾਂ ਹੀ ਉਸ ਤਰ੍ਹਾਂ ਦਾ, ਯਾਨੀ ਆਪਣੇ ਚੀਜ਼ਾਂ ਦੀ ਮੈਨੇਜ ਕੀਤਾ, ਜਿਹੜਾ ਆਪਣੇ ਐਂਟੀ ਇਨਕੰਬੈਂਸੀ ਹੁੰਦੀ ਆ ਉਹਨੂੰ ਮੈਨੇਜ ਕਰਕੇ ਉਹ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਬਹੁਤ ਥੋੜ੍ਹੇ ਫਰਕ ਦੇ ਨਾਲ ਜਿੱਤੇ ਸੀ। ਇਸੇ ਤਰੀਕੇ ਨਾਲ ਤੁਸੀਂ 2017 'ਚ ਆ ਜਾਓ, 2017 ਦੇ ਅੰਦਰ ਟੋਟਲ ਨੈਰੇਟਿਵ ਜਿਹੜਾ ਸੀਗਾ ਉਹ ਐਂਟੀ ਅਕਾਲੀ ਬਣਾਇਆ ਗਿਆ, ਯਾਨੀ ਬੇਅਦਬੀ ਦੇ ਮੁੱਦੇ ਦਾ ਆਪਾਂ ਸਾਰਿਆਂ ਨੂੰ ਪਤਾ ਹੈਗਾ, ਨਸ਼ੇ ਦਾ ਮਸਲਾ, ਹੋਰ ਜਿਹੜੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ, ਜੋ ਜੋ ਇਸ਼ੂ ਸੀ ਪੰਜਾਬ ਦੇ ਉਹਨਾਂ ਦੇ ਉੱਤੇ ਇੱਕ ਨੈਰੇਟਿਵ ਬਿਲਡ ਹੋ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਦਾ। ਪਰ ਇਹ ਇਲੈਕਸ਼ਨ ਇਹੀ ਜਿਹੀ ਇਲੈਕਸ਼ਨ ਆ ਕਿ 2 ਮਹੀਨੇ ਬਚੇ ਨੇ, ਅਜੇ ਤੱਕ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਨੇ, ਸਾਰੀਆਂ, ਕੋਈ ਆਪਣਾ ਨੁਕਾਤੀ ਪ੍ਰੋਗਰਾਮ ਲੈ ਕੇ ਆ ਰਹੀ ਹੈ, ਕੋਈ ਦਿੱਲੀ ਦਾ ਮਾਡਲ ਲੈ ਕੇ ਆ ਰਹੀ ਹੈ, ਕੋਈ ਵੱਖ ਤਰੀਕੇ ਦੇ ਨਾਲ ਉਹ ਕਰ ਰਹੀ ਹੈ, ਕੋਈ ਹਿੰਦੂ ਭਾਈਚਾਰੇ ਦੇ ਅੰਦਰ ਆਪਣੀ ਇੱਕ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਹਰ ਪਾਰਟੀ ਆਪਣੇ ਨੈਰੇਟਿਵ ਬਿਲਡ ਕਰ ਰਹੀ ਹੈਗੀ, ਯਾਨੀ ਜਿਹੜੇ ਉਹਨਾਂ ਦੇ ਨਿੱਕੇ ਨਿੱਕੇ ਬਿਰਤਾਂਤ ਨੇ ਉਹ ਮਹਾਂਬਿਰਤਾਂਤ ਨਹੀਂ ਬਣ ਰਹੇ। ਇਹਦਾ ਕਾਰਨ ਇਹ ਹੈ ਕਿ ਜੋ ਕਿਸਾਨ ਅੰਦੋਲਨ ਨੇ, ਕਿਸਾਨ ਅੰਦੋਲਨ ਨੂੰ ਕਿਸਾਨ ਅੰਦੋਲਨ ਵਾਂਗੂ ਨਹੀਂ ਦੇਖਣਾ ਚਾਹੀਦਾ। ਉਹੀ ਬੰਦੇ ਖਤਾ ਵੀ ਖਾਣਗੇ ਜਿਨ੍ਹਾਂ ਨੂੰ ਲੱਗਦਾ ਨਹੀਂ ਨਹੀਂ ਇਹ ਤਾਂ ਜੀ ਉੱਥੋਂ ਇੱਥੇ ਆ ਕੇ ਧੜਿਆਂ 'ਚ, ਸਵਾਲ ਧੜਿਆਂ ਦਾ ਨਹੀਂ ਹੈਗਾ, ਸਾਨੂੰ ਪਤਾ ਪੰਜਾਬ ਦੀ ਰਾਜਨੀਤੀ ਧੜਿਆਂ 'ਚ ਵੰਡੀ ਹੋਈ ਰਾਜਨੀਤੀ ਹੈ, ਪਰ ਧੜਿਆਂ 'ਚ ਵੰਡੀ ਹੋਈ ਰਾਜਨੀਤੀ ਦੇ ਉੱਤੇ ਇੱਕ ਟੋਟੈਲਿਟੀ 'ਚ ਅਸਰ ਹੋ ਚੁੱਕਿਆ ਹੈਗਾ, ਇੱਕ ਉਸ ਲੈਵਲ ਦੀ ਚੇਤਨਾ ਆਈ ਹੈ ਜਦੋਂ ਲੋਕ ਸਵਾਲ ਕਰ ਰਹੇ ਨੇ, ਜਦੋਂ ਲੋਕ ਆਪਣੇ ਬਹੁਤ ਸਾਰੇ ਬਿਰਤਾਂਤ ਲਈ ਫਿਰਦੇ ਨੇ। ਕੋਈ ਵੀ ਵੱਡਾ ਬਿਰਤਾਂਤ ਕਿਉਂ ਨਹੀਂ ਕਾਇਮ ਹੁੰਦਾ ਜਦੋਂ ਸਭ ਕੋਲ ਨਿੱਕੇ ਨਿੱਕੇ ਬਿਰਤਾਂਤ ਨੇ? ਮੰਨ ਲਓ ਮੈਂ ਇੱਕ
ਇਸ ਦਫ਼ਤਰ 'ਚ ਜਾਂ ਤੁਹਾਡੇ 10 ਜਣਿਆਂ ਦੇ ਉੱਤੇ ਇੱਕ ਬਿਰਤਾਂਤ ਕਾਇਮ ਕਰਨਾ ਚਾਹੁੰਦਾ। ਜੇ ਤੁਹਾਡੇ ਕੋਲ ਆਪਣੇ ਬਿਰਤਾਂਤ ਨੇ ਤਾਂ ਬੜਾ ਔਖਾ ਹੋਊਗਾ ਮੈਨੂੰ ਉਹਨੂੰ ਸਟੈਬਲਿਸ਼ ਕਰਨਾ। ਜੇ ਤੁਹਾਡੇ ਕੋਲ ਕੋਈ ਬਿਰਤਾਂਤ ਨਹੀਂ ਆ ਤਾਂ ਮੈਂ ਜਦੋਂ ਬਿਰਤਾਂਤ ਲੈ ਕੇ ਆਉਂ ਤੁਹਾਨੂੰ ਲੱਗੂ ਇਹ ਇੰਪੋਰਟੈਂਟ ਹੈ, ਨੈਰੇਟਿਵ ਇੰਪੋਰਟੈਂਟ ਆ, ਤੁਹਾਨੂੰ ਜੱਚ ਜੂਗਾ। ਤਾਂ ਇਹ ਚੀਜ਼ ਪੰਜਾਬ ਦੇ ਅੰਦਰ ਹੋਈ ਹੈਗੀ ਔਰ ਬਹੁਤ ਸਾਰੇ ਲੋਕ ਉਸ ਗੱਲ ਨੂੰ ਉਸ ਲੈਵਲ 'ਤੇ ਅੰਡਰਸਟੈਂਡ ਨਹੀਂ ਕਰ ਰਹੇ ਜਦੋਂ ਚੋਣਾਂ ਦੇ ਟਾਈਮ ਪੈਰਾਂ ਥੱਲੋਂ ਜ਼ਮੀਨ ਨਿਕਲੂਗੀ। ਮਤਲਬ ਇਹੋ ਜਿਹੇ ਮੈਨੂੰ ਲੱਗਦਾ ਇਸ ਵਾਰ ਬੜੀ ਸਰਪ੍ਰਾਈਜ਼ ਇਲੈਕਸ਼ਨ ਹੋਊਗੀ, ਬੜੇ ਹੈਰਾਨੀਜਨਕ ਨਤੀਜੇ ਆਉਣਗੇ। ਉਦੋਂ ਵੱਡੇ ਵੱਡੇ ਲੀਡਰਾਂ ਨੂੰ ਪਤਾ ਲੱਗੇਗਾ, ਉਦੋਂ ਵੱਡੀਆਂ ਵੱਡੀਆਂ ਪਾਰਟੀਆਂ ਨੂੰ ਪਤਾ ਲੱਗੇਗਾ ਕਿ ਕਹਾਣੀ ਜਿਹੜੀ ਕਿਤੇ ਹੋਰ ਲਿਖੀ ਜਾ ਰਹੀ ਸੀ, ਪੜ੍ਹ ਅਸੀਂ ਕਿਤੇ ਹੋ ਰਹੇ ਸੀ, ਸਾਡੇ ਪੜ੍ਹਨ 'ਚ ਅੰਡਰਸਟੈਂਡਿੰਗ ਸਾਡੀ ਖਰਾਬ ਹੋਈ ਆ। ਉਹਨੂੰ ਪੜ੍ਹਨਾ ਜਿਹੜਾ, ਕਿਉਂਕਿ ਪੰਜਾਬ ਨੂੰ ਹਿਸਟੋਰੀਕਲੀ ਵੀ ਪੜ੍ਹਨਾ ਜਦੋਂ ਚੋਣ ਤੁਸੀਂ ਲੜਦੇ ਹੋ, ਔਰ ਪੰਜਾਬ ਨੂੰ ਕਰੰਟ 'ਚ, ਔਰ ਜਿੰਨੇ ਬੁਰੇ ਤਰੀਕੇ ਦੇ ਨਾਲ ਮੈਂ ਕਹਿੰਦਾ ਪੰਜਾਬ ਦੇ ਅੰਦਰ ਚੀਜ਼ਾਂ ਬਦਲੀਆਂ ਨੇਗੀਆਂ, ਔਰ ਉਹ ਤਾਂ ਬਦਲੀਆਂ ਨੇ ਕਿਉਂਕਿ ਇੱਕ ਬਹੁਤ ਵੱਡੀ ਗੱਲ ਪੰਜਾਬ ਦੇ ਸਾਹਮਣੇ ਆ ਕੇ ਖੜੀ ਹੋਈ। ਉਹਨੇ ਆਪਣੇ ਟੋਟਲ ਕਲਾਵੇ 'ਚ ਇਕੱਲੀ ਇੱਕ ਗੱਲ ਨੂੰ ਨਹੀਂ, ਉਹਨੇ ਟੋਟਲੀ ਸਾਰੀ ਗੱਲ ਨੂੰ ਕਲਾਵੇ 'ਚ ਲੈ ਲਿਆ। ਤਾਂ ਜਿਵੇਂ ਮਤਲਬ ਐਂਟੀ ਬੀ ਜੇ ਪੀ ਐਂਟੀ ਮੋਦੀ ਨੈਰੇਟਿਵ ਆ ਜਿਹੜਾ, ਉਹ ਕੋਈ ਇਸ ਗੱਲ ਕਰਕੇ ਨਹੀਂ ਹੋਇਆ ਹੈਗਾ ਕਿ ਕਿਸਾਨ, ਉਹ ਟੋਟਲ ਫਿਰ ਪੋਲੀਟਿਕਸ 'ਤੇ ਗੱਲ ਹੋਣ ਲੱਗ ਗਈ, ਹਰ ਗੱਲ ਨਾਲ ਜੋੜ ਕੇ ਪੰਜਾਬ 'ਚ ਗੱਲ ਹੋਣ ਲੱਗ ਗਈ। ਰਾਜਨੀਤੀ 'ਚ ਕੋਈ ਗੱਲ ਕਿਸੇ ਟੁੱਟੀ ਨਹੀਂ ਹੁੰਦੀ, ਅਤੇ ਜਿਨ੍ਹਾਂ ਜਥੇਬੰਦੀਆਂ ਦਾ ਬਹੁਤ ਆਧਾਰ ਸੀ ਉਹਨਾਂ ਇਲਾਕਿਆਂ 'ਚ ਖਾਸ ਤੌਰ 'ਤੇ ਤੁਸੀਂ ਦੇਖੋਗੇ, ਜਿਵੇਂ ਮਾਲਵੇ ਦਾ ਮੈਂ ਗੱਲ ਕਰੂੰਗਾ ਤੁਹਾਨੂੰ, ਮਾਲਵੇ ਦੇ ਜਿਹੜੇ ਖਾਸ ਤੌਰ 'ਤੇ ਜ਼ਿਲ੍ਹੇ ਨੇ ਪਟਿਆਲੇ ਤੋਂ ਬਾਅਦ ਚੱਲ ਪਓ ਤੁਸੀਂ, ਬਰਨਾਲਾ ਹੈਗਾ, ਸੰਗਰੂਰ ਹੈ, ਮਾਨਸਾ, ਬਠਿੰਡਾ, ਫਰੀਦਕੋਟ ਆ, ਇਹ ਸਾਰੇ ਜਿਹੜੇ ਏਰੀਆਜ਼ ਨੇ ਰਾਏਕੋਟ ਤੱਕ ਇੱਧਰ ਲੁਧਿਆਣੇ ਤੋਂ ਇੱਧਰ, ਜਿਹੜਾ ਇਹਦੇ 'ਤੇ ਬਹੁਤ ਵੱਡਾ ਅਸਰ ਤੁਸੀਂ ਦੇਖੋਗੇ ਇਹਨਾਂ ਚੋਣਾਂ ਦੇ ਅੰਦਰ ਦੇਖਣ ਨੂੰ ਮਿਲੇਗਾ। ਇਸੇ ਕਰਕੇ ਕੋਈ ਵੀ ਨੈਰੇਟਿਵ ਸਥਾਪਿਤ ਨਹੀਂ ਹੋ ਰਿਹਾ। ਜੇ ਗੱਲ ਨਵੇਂ ਪਲੇਅਰਾਂ ਦੀ ਕਰੀਏ, ਨਵੇਂ ਪਲੇਅਰ ਕਿਹੜੇ ਆ ਰਹੇ ਆ ਅਤੇ ਕਿਸਾਨ ਲੀਡਰ ਇਹਨਾਂ ਪਲੇਅਰਾਂ 'ਚ ਨਜ਼ਰ ਆਉਣਗੇ? ਜੇ ਨਜ਼ਰ ਆਉਣਗੇ ਤਾਂ ਕੋਈ ਵੱਖਰਾ ਬਰਤਾਨ? ਦੇਖੋ, ਮੈਂ ਜਿਹੜੇ ਨਵੇਂ ਪਲੇਅਰ ਨੇ ਉਹਨਾਂ 'ਚ ਬਹੁਤ ਸਾਰੇ ਆ, ਜਿਵੇਂ ਮੰਨਿਆ ਜਾ ਰਿਹਾ ਕਈ ਪਾਰਟੀਆਂ ਆਉਣੀਆਂ, ਇੱਕ ਤਾਂ ਜਿਵੇਂ ਚੜੂਨੀ ਹੁਰੀ ਕਹਿ ਰਹੇ ਨੇ, ਕਿਸਾਨਾਂ ਦਾ ਵੀ ਕਿਤੇ ਨਾ ਕਿਤੇ ਜਾਣ ਦਾ ਸਾਨੂੰ ਪਤਾ ਲੱਗਿਆ ਕਿ ਕਿਸਾਨ ਵੀ ਕਿਤੇ ਜਾ ਸਕਦੇ ਨੇ ਜਾਂ ਕਿਸਾਨ ਆਪਣਾ ਕੋਈ ਮੰਚ ਬਣਾ ਸਕਦੇ ਨੇ। ਜਿਵੇਂ ਟੀ ਐੱਮ ਸੀ ਬਾਰੇ ਕੋਈ ਜੱਜ ਨਹੀਂ ਕਰ ਰਿਹਾ ਹੋਣਾ ਕਿ ਟੀ ਐੱਮ ਸੀ ਆ ਸਕਦੀ ਹੈ, ਤੁਸੀਂ ਤ੍ਰਿਪੁਰਾ 'ਚ ਦੇਖੋ ਉਹ 20% ਦੇ ਉੱਤੇ ਚਲੇ ਜਾਂਦੇ ਨੇ। ਮਮਤਾ ਬੈਨਰਜੀ ਦਾ ਖਾਸ ਤੌਰ ਦੇ ਉੱਤੇ ਜਦੋਂ ਮਮਤਾ ਜਿੱਤੇ ਨੇ ਪੰਜਾਬ ਨੇ ਉਹਨਾਂ ਨੂੰ ਕਿੰਨਾ ਸੈਲੀਬ੍ਰੇਟ ਕੀਤਾ ਸੀ, ਮੇਰੇ ਯਾਦ ਹੈਗਾ ਕਿ ਅਸੀਂ ਸਾਰਾ ਦਿਨ ਲਾਈਵ ਸੀਗਾ, 10-12 ਲੱਖ ਲੋਕਾਂ ਨੇ, ਪੰਜਾਬੀਆਂ ਨੇ ਸਾਨੂੰ ਇਕੱਲੇ ਯੂਟਿਊਬ 'ਤੇ ਦੇਖਿਆ ਸੀ, ਇਕੱਲੇ ਯੂਟਿਊਬ ਦੇ ਉੱਤੇ। ਤਾਂ ਉੱਥੋਂ ਤੁਹਾਨੂੰ ਇੱਕ ਰੀਡਿੰਗ ਚੀਜ਼ਾਂ ਦੀ ਹੁੰਦੀ ਹੈ ਕਿ ਅਸਲ 'ਚ ਗੱਲਾਂ ਕਿਵੇਂ ਐਕਸੀਲੇਟ ਹੋ ਰਹੀਆਂ ਨੇ। ਕਈ ਵਾਰ ਸਿਆਸਤ ਇੰਨੀ ਬੁਰੀ ਤਰ੍ਹਾਂ ਐਕਸੀਲੇਟ ਹੋ ਰਹੀ ਹੁੰਦੀ ਹੈ, ਸਿਆਸਤ ਨੂੰ ਸਮਝਣ ਵਾਲਾ ਪੜ੍ਹਨ ਵਾਲਾ ਉਵੇਂ ਪੜ੍ਹ ਨਹੀਂ ਪਾਉਂਦਾ, ਉਹਦਾ ਇੱਕ ਆਪਣਾ ਟ੍ਰੈਡੀਸ਼ਨਲ ਵੇ ਹੁੰਦਾ। ਜਿਵੇਂ ਮੈਂ ਕਹਿ ਰਿਹਾ ਕਿ ਟ੍ਰੈਡੀਸ਼ਨਲ ਇਲੈਕਸ਼ਨ ਨਹੀਂ ਹੋਏਗੀ, ਮੇਰਾ ਇਹ ਮੰਨਣਾ ਗਾ ਕਿ ਜਿਹੜੀ ਹਰ ਵੈਸੇ ਹਰ ਇਲੈਕਸ਼ਨ ਆਪਣੀ ਡਿਫਰੈਂਟ ਤਰ੍ਹਾਂ ਦੀ ਹੁੰਦੀ ਹੈ, ਪਰ ਜਿਹੜੀ ਇਸ ਵਾਰ ਦੀ ਚੋਣ ਆ ਉਹ ਬੜੇ ਡਿਫਰੈਂਟ ਤਰ੍ਹਾਂ ਦੀ ਚੋਣ ਹੋਏਗੀ। ਉਹ ਉਸ ਤਰ੍ਹਾਂ ਦੀ ਚੋਣ ਨਹੀਂ ਹੋਏਗੀ ਜਿਸ ਤਰ੍ਹਾਂ ਪਹਿਲੀਆਂ ਚੋਣਾਂ ਹੋਈਆਂ ਨੇਗੀਆਂ। ਤਾਂ ਜਿਹੜੀਆਂ ਚੀਜ਼ਾਂ ਐਕਸੀਲੇਟ ਕਰ ਰਹੀਆਂ ਨੇ ਉਹ ਉਹਨਾਂ ਦੀ ਸਮਝ ਨਹੀਂ ਆਉਂਦੀ। ਉਰੇ ਜਦੋਂ ਮਮਤਾ ਬੈਨਰਜੀ ਜਿੱਤੇ ਨੇ ਕਿੰਨਾ ਵੱਡਾ ਸੈਲੀਬ੍ਰੇਸ਼ਨ ਹੋਇਆ, ਯਾਨੀ ਐਂਟੀ ਮੋਦੀ ਜਿਹੜਾ ਮਾਹੌਲ ਸੀ ਉਹਨੂੰ ਬਹੁਤ ਵੱਡੇ ਪੱਧਰ 'ਤੇ ਕਿਸਾਨ ਧਰਨੇ ਕਰਕੇ ਵੀ ਸੈਲੀਬ੍ਰੇਟ ਕੀਤਾ ਗਿਆ। ਤਾਂ ਇਹਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਮੰਨ ਲਓ ਮਮਤਾ ਬੈਨਰਜੀ ਵੀ ਐਂਟਰੀ ਮਾਰ ਜਾਂਦੇ ਨੇ। ਦੋ ਪਾਰਟੀਆਂ ਦਾ ਸਾਨੂੰ ਹੋਰ ਪਤਾ ਲੱਗਿਆ ਜਿਹੜੀਆਂ, ਸਵਾਲ ਇਹ ਨਹੀਂ ਹੈਗਾ, ਸਵਾਲ ਇਹ ਹੈਗਾ ਕਿ ਜਦੋਂ ਇਹ ਬਹੁਤ ਸਾਰੇ ਪਲੇਅਰ ਹੋ ਜਾਣਗੇ ਤਾਂ ਫਿਰ ਮਾਰਜਨਸ ਦਾ ਵੀ ਫਰਕ ਬਹੁਤ ਥੋੜ੍ਹਾ ਰਹੇਗਾ, ਅਤੇ ਰਾਜਨੀਤੀ ਨੂੰ ਸਮਝਣਾ ਅਤੇ ਰਾਜਨੀਤੀ ਦੀ ਬੁਝਾਰਤ ਨੂੰ ਬੁੱਝ ਕੇ ਅੱਗੇ ਵਧਣਾ। ਜਿਵੇਂ ਅੱਗੇ 2-4 ਲੀਡਰਾਂ ਬਾਰੇ ਮੰਨਿਆ ਜਾਂਦਾ ਸੀ ਉਹ ਪੜ੍ਹ ਲੈਂਦੇ ਨੇ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੈ, ਪੁਰਾਣੇ ਜਿਹੜੇ ਲੀਡਰ ਹੁੰਦੇ ਸੀ ਉਹ ਪੜ੍ਹ ਲੈਂਦੇ ਸੀਗੇ ਇਲਾਕਿਆਂ ਨੂੰ, ਹਲਕਿਆਂ ਨੂੰ, ਰੀਡਿੰਗ ਉਹਨਾਂ ਦੀ ਇੱਕ ਹੁੰਦੀ ਸੀ। ਇਸ ਵਾਰ ਉਹ ਜੱਜਮੈਂਟ ਦੇਣੀ, ਕਿਸੇ ਗੱਲ ਨੂੰ ਜੱਜ ਕਰਨਾ, ਕਿਸੇ ਗੱਲ ਦੇ ਉੱਤੇ ਇੱਕ ਸਮਝ ਆਪਣੀ ਬਣਾ ਲੈਣੀ ਅਲਟੀਮੇਟ, ਉਹ ਬਹੁਤ ਔਖਾ ਹੋ ਰਿਹਾ ਸਭ ਦੇ ਲਈ। ਇਸ ਕਰਕੇ ਜਿਹੜੇ ਨਵੇਂ ਪਲੇਅਰ ਨੇ, ਖਾਸ ਤੌਰ 'ਤੇ ਮੈਂ ਕਹਿੰਦਾ ਕਿਸਾਨਾਂ ਦਾ, ਕਿਸਾਨ ਕੀ ਕਰਦੇ ਨੇ ਅੱਗੇ, ਕੀ ਕਿਸਾਨਾਂ ਦੀ ਆਪਣੀ ਪਾਰਟੀ ਹੋਏਗੀ, ਕੀ ਕਿਸਾਨ ਕਿਸੇ ਇੱਕ ਪਾਰਟੀ, ਇੱਕ ਧੜਾ ਵੱਡਾ ਇੱਕ ਪਾਰਟੀ ਚਲਾ ਜਾਏਗਾ, ਜਿਹਦੀ ਚਰਚਾ ਚੱਲ ਰਹੀ ਹੈ, ਐਂ ਹੋ ਸਕਦਾ ਕਿ ਮੰਨ ਲਓ ਇੱਕ ਵੱਡਾ ਧੜਾ ਇੱਕ ਪਾਰਟੀ ਚਲਾ ਜਾਵੇ, ਜਾਂ ਫਿਰ ਕਿਸਾਨ ਆਪਣੇ ਲੈਵਲ ਦੇ ਉੱਤੇ ਬਹੁਤ ਸਾਰਾ ਪ੍ਰੈਸ਼ਰ ਕਿਸਾਨਾਂ 'ਤੇ ਇਹ ਹੈਗਾ ਬੁੱਧੀਜੀਵੀਆਂ ਦਾ, ਹੋਰ ਲੋਕਾਂ ਦਾ, ਕਿ ਤੁਹਾਡੇ ਕੋਲ ਇਹ ਮੌਕਾ
ਪੰਜਾਬ ਨੂੰ ਸਾਂਭਣ ਦਾ, ਤੁਹਾਡੇ ਕੋਲ ਮੌਕਾ ਪੰਜਾਬ ਨੂੰ ਬਣਾਉਣ ਦਾ। ਤੁਸੀਂ ਆ ਕੇ ਖੁੱਲ੍ਹੇ ਦਿਲੋਂ ਪੰਜਾਬ ਦੇ ਅੰਦਰ ਚੋਣ ਲੜੋ, ਖੁੱਲ੍ਹੇ ਦਿਲੋਂ ਆ ਕੇ ਪੰਜਾਬ 'ਚ ਸਿਆਸਤ ਕਰੋ, ਲੋਕ ਤੁਹਾਡੇ ਨਾਲ ਖੜ੍ਹੇ ਹੋ ਜਾਣਗੇ। ਦੂਜਾ ਤਰੀਕਾ ਇਹ ਕਿਹਾ ਜਾ ਰਿਹਾ ਕਿ ਇੰਨਾ ਵਧੀਆ ਮੌਕਾ ਮਿਲਿਆ ਗਾ, ਇਸੇ ਮੂਵਮੈਂਟ ਨੂੰ ਮਤਲਬ ਸਿਆਸੀ ਤੌਰ ਦੇ ਉੱਤੇ ਵੱਡੀ ਇਮੇਜ ਕਰਨ ਦੀ ਲੋੜ ਆ। ਪਰ ਇੱਕ ਵੱਡਾ ਧੜਾ ਜਿਹੜਾ ਇਹ ਮੰਨਦਾ ਕਿ ਸਿਆਸਤ ਦੇ ਨਾਲ ਹੀ ਸਭ ਕੁਝ ਬਦਲੇਗਾ, ਤਾਂ ਜੇ ਕਿਸਾਨ ਆ ਜਾਣਗੇ ਉਹਦੇ ਨਾਲ ਹੋਰ ਤੁਸੀਂ ਦੇਖੋਗੇ ਹੋਰ ਤਿੱਖੇ ਤਰੀਕੇ ਦੇ ਨਾਲ ਵਿਰੋਧਤਾਈਆਂ ਤਿੱਖੀਆਂ ਹੋ ਜਾਣਗੀਆਂ। ਯਾਨੀ ਜੋ ਹੁਣ ਤੱਕ ਦੀ ਸਿਆਸਤ ਆ ਉਹ ਇੱਕੋ ਦਮ ਇੱਕ ਪੈਰਾਡਾਈਮ ਸ਼ਿਫਟ ਕਹਿੰਦੇ, ਜਿਵੇਂ ਆਪਾਂ ਇੱਕ ਵੱਡਾ ਸ਼ਿਫਟ ਉਸ 'ਚ ਦੇਖਣ ਨੂੰ ਤੁਹਾਨੂੰ ਮਿਲੇਗਾ। ਤੁਹਾਨੂੰ ਪਤਾ ਹੀ ਮਤਲਬ ਜਿਹੜੀ ਜੋ ਜਿਨ੍ਹਾਂ ਦੀ ਜਜਮੈਂਟ ਆ ਗਈ। ਇਸ ਕਰਕੇ ਜਿਹੜੀ ਬਹੁਤ ਮੇਰਾ ਇੱਕ ਗੱਲ ਮੰਨਣਾ ਗਿਆ ਇਸ ਇਲੈਕਸ਼ਨ ਬਾਰੇ ਜਦੋਂ ਤੋਂ, ਕਿਉਂਕਿ ਮੈਂ ਪਿਛਲੇ ਸਾਲਾਂ ਦਾ ਕਵਰ ਕਰਦਾ ਇਲੈਕਸ਼ਨ ਨੂੰ, ਦੇਖਦਾ ਵੀ ਹਾਂ, ਇਸ ਇਲੈਕਸ਼ਨ ਨੂੰ ਵੀ ਨੇੜੋਂ ਦੇਖ ਰਹੇ ਹਾਂ ਕਿ ਸਮਝ ਰਹੇ ਹਾਂ, ਪੜ੍ਹ ਰਹੇ ਹਾਂ, ਪਾਰਟੀਆਂ ਦੇ ਲੋਕਾਂ ਨੂੰ ਮਿਲਦੇ ਹਾਂ, ਲੀਡਰਾਂ ਨੂੰ ਮਿਲਦੇ ਹਾਂ, ਹੈ ਨਾ। ਲੀਡਰਾਂ ਕੋਲ ਵੀ ਇੱਕ ਸਿਆਸੀ ਸਮਝ ਬਹੁਤ ਗੂੜੀ ਹੁੰਦੀ ਹੈ, ਜਿਹੜੇ ਬਹੁਤ ਪੁਰਾਣੇ ਲੀਡਰ ਨੇ ਜਿਹੜੇ ਦੇਖ ਰਹੇ ਨੇ। ਮੈਨੂੰ ਇਹ ਲੱਗਦਾ ਗਾ ਕਿ ਇਹ ਇਲੈਕਸ਼ਨ ਆ ਜਿਹੜੀ ਇਹ ਉਹ ਬੰਦੇ ਖਤਾ ਖਾ ਜਾਣਗੇ ਜਿਹੜੇ ਇਹਨੂੰ ਬਹੁਤ ਟ੍ਰੈਡੀਸ਼ਨਲ ਵੇਚ ਦੇਖਣਗੇ, ਜਿਹੜੇ ਇਹਨੂੰ ਰਵਾਇਤੀ ਸਿਆਸਤ ਦੇ ਐਂਗਲ ਤੋਂ ਸਮਝਣ ਦੀ ਕੋਸ਼ਿਸ਼ ਕਰਨਗੇ, ਜਿਹੜੇ ਰਵਾਇਤ ਮੁਤਾਬਕ ਜਿਨ੍ਹਾਂ ਨੂੰ ਲੱਗੇਗਾ ਕਿ ਜਿਵੇਂ ਮੰਨ ਲਓ ਵੀ 5 ਕਰੋੜ ਤੋਂ 7 ਕਰੋੜ 10 ਕਰੋੜ ਹਲਕੇ ਲਈ ਪੈਸਾ ਹੁੰਦਾ, ਖਰਚਣਾ ਹੁੰਦਾ, ਜਿਹੜਾ ਇੰਨਾ ਇੰਨਾ ਪੈਸਾ ਖਰਚਦੇ ਨੇ ਇਹ MLA। ਦੂਸਰਾ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈਗਾ ਕਿ ਆਹ ਕਾਰਡ ਨੇ ਸਾਡੇ ਕੋਲ ਐਂ ਮੈਨੇਜ ਕਰ ਲਾਂਗੇ। ਉਹ ਸਾਰੀਆਂ ਮੈਨੂੰ ਲੱਗਦਾ ਬਹੁਤ, ਇਹ ਨਹੀਂ ਗਾ ਕਿ ਉਹ ਨਹੀਂ ਹੁੰਦਾ ਗਾ, ਉਹ ਨਹੀਂ ਚੱਲਦਾ, ਮੈਂ ਤਾਂ ਕਹਿੰਦਾ ਗਾ ਕਿ ਬਹੁਤ ਹਾਰਡ ਰਿਐਲਿਟੀ ਆ ਔਰ ਬਹੁਤ ਬੁਰੀ ਗੱਲ ਵੀ ਹੈ ਕਿ ਸਾਡੀ ਸਿਆਸਤ ਪੈਸੇ ਨਾਲ, ਮਨੀ ਅਤੇ ਮਸਲ ਨਾਲ ਚੱਲਦੀ ਹੈ, ਐਂਡ ਦੇ ਉੱਤੇ ਉਹ ਹੁੰਦਾ ਗਾ, ਵੋਟਾਂ ਵਿਕਦੀਆਂ ਨੇ, ਖਰੀਦੀਆਂ ਜਾਂਦੀਆਂ, ਸਭ ਕੁਝ ਹੁੰਦਾ। ਇਹ ਤਾਕ ਲਈ ਬੈਠੇ ਨੇ ਪਾਰਟੀਆਂ, ਲੀਡਰ ਕੀ ਆਹ ਖਰੀਦ ਲਾਂਗੇ, ਐਂ ਕਰ ਲਾਂਗੇ, ਐਂ ਕਰ ਲਾਂਗੇ। ਪਰ ਇਸ ਵਾਰ ਬਹੁਤ ਸਾਰਾ ਕੁਝ ਡਿਫਰੈਂਟ ਤਰ੍ਹਾਂ ਦਾ ਦੇਖਣ ਨੂੰ ਮਿਲੇਗਾ ਔਰ ਰਵਾਇਤੀ ਤਰੀਕੇ ਦੇ ਨਾਲ ਨਹੀਂ ਹੋਏਗਾ। ਤੁਸੀਂ ਗੱਲ ਕੀਤੀ ਸੀ 25% ਵੋਟ ਸ਼ੇਅਰ ਫਾਰਮੂਲੇ ਦੀ ਰਾਜਨੀਤੀ ਡੀਕੋਡ ਵਿੱਚ ਪਿਛਲੇ ਦਿਨੀ, ਲੱਗਦਾ ਉਹ ਜਿਹੜਾ ਫਾਰਮੂਲਾ ਕੰਮ ਕਰੂਗਾ ਅੱਜ ਵੀ? ਦੇਖੋ ਮੈਨੂੰ ਲੱਗਦਾ ਗਾ ਕਿ ਤੁਸੀਂ ਦੇਖੋ, ਮੈਂ ਕਾਫੀ ਟਾਈਮ ਪਹਿਲਾਂ ਕਿਹਾ ਸੀਗਾ ਕਿ ਇਸ ਵਾਰ 25-30 ਦੇ ਵਿੱਚ ਸਰਕਾਰ ਜਿਵੇਂ ਆਪਾਂ ਕੋਈ ਬਣਾ ਸਕਦਾ ਗਾ, ਹੈ ਨਾ। ਆਪਾਂ ਤਾਂ ਕਿਉਂਕਿ ਪੱਤਰਕਾਰਾਂ ਦਾ ਕੰਮ ਕੀ, ਅਸੀਂ ਤਾਂ ਵਿਸ਼ਲੇਸ਼ਣ ਕਰ ਰਹੇ ਹਾਂ ਉਹ ਚੀਜ਼ਾਂ ਦਾ, ਅਸੀਂ ਨਹੀਂ ਕਹਿੰਦੇ ਉਹ ਅਲਟੀਮੇਟ ਉੱਥਾ, ਪਰ ਜੋ ਸਾਡੇ ਮੂਹਰੇ ਅੱਜ ਕੰਡੀਸ਼ਨ ਨੇ। ਪੱਤਰਕਾਰ ਦੇ ਮੂਹਰੇ ਤਾਂ ਰੋਜ਼ ਨਵੇਂ ਹਾਲਾਤ ਬਦਲਦੇ ਨੇ, ਕੱਲ੍ਹ ਨੂੰ ਹਾਲਾਤ ਕੀ ਬਣ ਜਾਣ ਪਤਾ ਨਹੀਂ, ਜੋ ਹਾਲਾਤ ਉਦੋਂ ਤੋਂ ਲੈ ਕੇ ਹੁਣ ਤੱਕ ਨਜ਼ਰ ਆ ਰਹੇ ਨੇ ਉਹਦੇ 'ਚ ਜੇ ਪਾਰਟੀਆਂ ਜਿਵੇਂ ਮੰਨ ਲਓ ਪੰਜਾਬ ਸਰਕਾਰ ਕਿੰਨੇ ਕਿੰਨੇ ਨਾਲ ਬਣਦੀ ਰਹੀ ਹੈ, 41% ਨਾਲ ਬਣਦੀ ਰਹੀ ਹੈ, 43 ਨਾਲ ਬਣਦੀ ਰਹੀ ਹੈ, ਹੈ ਨਾ, 37-38 ਨਾਲ ਬਣਦੀ ਰਹੀ ਹੈ, ਜੇ ਪਿਛਲੇ ਦੌਰ 'ਚ ਤੁਸੀਂ ਸਰਕਾਰਾਂ ਦੇਖੋਗੇ। ਇਸ ਵਾਰ ਜਦੋਂ ਇੰਨੇ ਪਲੇਅਰ ਆ ਜਾਣਗੇ, ਇੱਕ ਤਾਂ ਮੇਰਾ ਇਹ ਮੰਨਣਾ ਗਾ ਕਿ BJP ਆ ਜਿਹੜੀ, ਜਿਹੜੇ ਲੋਕ ਇਹ ਕਹਿੰਦੇ ਨੇ ਕਿ ਚਾਹੇ ਜਿੰਨਾ ਮਰਜ਼ੀ ਇੱਥੇ ਐਂਟੀ ਮੋਦੀ ਨੈਰੇਟਿਵ ਬਿਲਡ ਹੋਇਆ, ਉਹਦੇ ਨਾਲ ਇੱਕ ਭਾਈਚਾਰੇ ਦਾ ਪੋਲਰਾਈਜੇਸ਼ਨ ਵੀ ਹੁੰਦਾ ਗਾ। ਤੁਸੀਂ 2014 ਅਤੇ 19 ਦਾ ਸਟ੍ਰਾਈਕ ਰੇਟ ਕੱਢ ਕੇ ਦੇਖੋ, ਉਹਨੂੰ ਅੰਡਰਸਟੈਂਡ ਕਰਕੇ ਦੇਖੋ ਕਿ ਕਿਸ ਤਰੀਕੇ ਦੇ ਨਾਲ 3 ਸੀਟਾਂ 'ਤੇ ਲੜਦੇ ਨੇ, ਅਗਲੇ ਕਿੰਨੀਆਂ ਜਿੱਤੇ ਜਾਂਦੇ ਨੇ, 2 ਸੀਟਾਂ ਜਿੱਤੇ ਜਾਂਦੇ ਨੇ, ਹੁਸ਼ਿਆਰਪੁਰ ਜਿੱਤਦੇ ਨੇ ਉਹ, ਅਤੇ ਦੂਸਰੀ ਸੀਟ ਵੀ ਜਿੱਤ ਜਾਂਦੇ ਨੇ, ਤੀਜਾ ਗੁਰਦਾਸਪੁਰ, ਅੰਮ੍ਰਿਤਸਰ ਉਹ ਹਾਰ ਜਾਂਦੇ ਨੇ। ਤਾਂ ਉਹਨਾਂ ਦਾ ਸਟ੍ਰਾਈਕ ਰੇਟ ਕੱਢ ਲਓ ਤੁਸੀਂ ਬਾਕੀਆਂ ਦੇ ਮੁਕਾਬਲੇ, ਉਹਨਾਂ ਦੀ ਪਰਸੈਂਟੇਜ ਕੱਢ ਲਓ, ਔਰ ਅਕਾਲੀ ਦਲ ਦੇ ਨਾਲ ਗੱਠਜੋੜ ਸੀ ਉਦੋਂ ਦੇਖੋ ਕਿ ਸ਼ਹਿਰਾਂ 'ਚੋਂ ਵੋਟ ਜ਼ਿਆਦਾ ਪਈ ਜਾਂ ਪਿੰਡਾਂ 'ਚੋਂ ਜ਼ਿਆਦਾ ਪਈ। 2019 'ਚ ਲੁਧਿਆਣੇ ਵਰਗੀ ਥਾਂ 'ਤੇ ਬਹੁਤ ਸਾਰੀਆਂ ਥਾਵਾਂ 'ਤੇ ਸ਼ਹਿਰਾਂ 'ਚੋਂ ਵੋਟ ਵੱਧ ਗਿਆ, ਉਹ ਸ਼ਹਿਰਾਂ 'ਚੋਂ ਵੋਟ ਮੋਦੀ ਦੇ ਨਾਂ 'ਤੇ ਵਧਿਆ। ਪੰਜਾਬ ਦੇ ਅੰਦਰ ਇੱਕ ਲਾਈਨ ਮੈਂ ਅਕਸਰ ਕਹਿਣਾ ਹੁੰਦਾ, ਪੰਜਾਬ ਦੀ ਪੋਲੀਟਿਕਸ ਹਿੰਦੂ ਨੂੰ ਡਰਾਉਣ ਦੀ ਰਾਜਨੀਤੀ ਰਹੀ ਹੈਗੀ। ਹਿੰਦੂ ਨੂੰ ਡਰਾ ਕੇ ਕੰਸੋਲੀਡੇਟ ਕਰਕੇ ਆਪਣੇ ਪੱਖ 'ਚ ਕਿਵੇਂ ਭਗਤਾਉਣਾ, ਬਹੁਤ ਸਾਰੀਆਂ ਪਾਰਟੀਆਂ, ਬਹੁਤ ਸਾਰੇ ਸਿਆਸਤਦਾਨ ਅਜਿਹਾ ਕੁਝ ਕਰਦੇ ਰਹੇ ਆ ਪੰਜਾਬ ਦੇ ਅੰਦਰ। ਤਾਂ ਜਦੋਂ ਮੋਦੀ ਨੂੰ ਇੱਕ ਜਿਵੇਂ ਪੇਸ਼ ਕੀਤਾ ਜਾਂਦਾ, ਆਪਾਂ ਨੂੰ ਪਤਾ ਹੀ ਹੈ, ਹਿੰਦੂ ਹਿਰਦੇ ਸਮਰਾਟ ਦੇ ਤੌਰ 'ਤੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਕਿ ਅਗਰ ਹਿੰਦੂਆਂ ਦਾ ਕੋਈ ਸਭ ਤੋਂ ਵੱਡਾ ਰੱਖਿਅਕ ਹੈ, ਅਗਰ ਕੋਈ ਉਹਨਾਂ ਦੀ ਪਾਰਟੀ ਹੈ, ਤਾਂ ਉਹ ਸਭ ਤੋਂ ਜ਼ਿਆਦਾ ਤੁਹਾਡਾ ਖਿਆਲ ਕਰੇਗੀ। ਜਿਵੇਂ ਅੱਜ ਕੱਲ੍ਹ ਕੋਈ ਕਹਿ ਰਿਹਾ ਸੀਗਾ ਕਿ ਜਿੰਨਾ ਕੋਈ RSS ਨੂੰ ਟਾਰਗੇਟ ਕਰੇਗਾ ਉਨਾ ਹੀ ਹਿੰਦੂ ਪੋਲਰਾਈਜ਼ ਹੁੰਦਾ ਜਾਏਗਾ, ਔਰ ਹਿੰਦੂ ਕਮਿਊਨਿਟੀ ਵੋਕਲ ਨਹੀਂ ਹੈ, ਜਿਵੇਂ ਜੱਟ ਕਮਿਊਨਿਟੀ ਬਹੁਤ ਵੋਕਲ ਆ, ਸਿੱਖ ਬਹੁਤ ਵੋਕਲ ਨੇ,
ਹਿੰਦੂ ਕਦੇ ਵੋਕਲ ਨਹੀਂ ਹੁੰਦਾ, ਹਿੰਦੂ ਕਮਿਊਨਿਟੀ ਕਦੇ ਵੋਕਲ ਹੀ ਨਹੀਂ ਕਰਦੀ, ਉਹ ਆਰਾਮ ਨਾਲ ਸਾਈਲੈਂਟਲੀ ਆਪਣਾ ਕੰਮ ਕਰਦੇ ਨੇ, ਸਾਈਲੈਂਟਲੀ ਉਹ ਸਭ ਕੋਲ ਭੁਗਤਾ ਦੇਣਗੇ, ਰਿਐਕਟਿਵ ਨਹੀਂ ਹੈ। ਤਾਂ ਇਸ ਕਰਕੇ ਉਹ ਅਸੀਂ ਸਾਇਲੈਂਸ ਦੇ ਜ਼ਰੀਏ ਦੇਖੀ ਹੈ ਪੰਜਾਬ ਦੇ ਅੰਦਰ ਕਿ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ, ਜਦੋਂ ਬੀਜੇਪੀ ਆ ਕੇ ਮੈਦਾਨ 'ਚ ਉਸ ਤਰੀਕੇ ਨਾਲ ਖੜੇਗੀ। ਦੇਖੋ ਬੀਜੇਪੀ ਕੋਲ ਜਿਹੜਾ ਮੈਂ ਕਹਿੰਦਾ ਚੋਣਾਂ ਦੇ ਜਿਹੜੇ ਬੇਸਿਕ ਏਜੰਡੇ, ਜਿਹੜੇ ਰਵਾਇਤੀ ਤਰੀਕੇ ਨੇ, ਪੈਸੇ ਦੀ ਉਹਨਾਂ ਕੋਲ ਕੋਈ ਘਾਟ ਨਹੀਂ ਰਹਿਣੀ ਹੈਗੀ, ਏਜੰਸੀਆਂ ਸਾਰੀਆਂ ਉਹਨਾਂ ਦੀਆਂ ਨੇ, ਸਰਕਾਰ ਸੈਂਟਰ 'ਚ ਉਹਨਾਂ ਦੀ ਹੈ। ਚੋਣ ਜ਼ਾਬਤਾ ਜਦੋਂ ਲੱਗ ਜਾਂਦਾ, ਆਪਾਂ ਦੇਖਿਆਗਾ ਕਿ ਰਾਹੁਲ ਗਾਂਧੀ ਵਰਗੇ ਕਹਿੰਦੇ ਰਹੇ ਨੇ ਚੋਣ ਕਮਿਸ਼ਨ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ, ਉਦੋਂ ਬਾਅਦ ਤਾਂ ਸਰਕਾਰ ਬੀਜੇਪੀ ਦੀ ਹੋ ਜਾਂਦੀ ਹੈ ਨਾ, ਜਦੋਂ ਤਾਂ ਹਾਲਾਂਕਿ ਕਿਹਾ ਜਾਂਦਾ ਕਿ ਡੈਮੋਕ੍ਰੈਟਿਕ ਤਰੀਕੇ ਨਾਲ ਸਾਰਾ ਕੁਛ ਹੋ ਰਿਹਾ, ਪਰ ਪਤਾ ਹੈਗਾ ਕਿ ਅਫਸਰ ਫਿਰ ਸੈਂਟਰ ਦੀ ਵੀ ਸੁਣਨ ਲੱਗ ਜਾਂਦੇ ਨੇ, ਜਾਂ ਜਿਹੜਾ ਇੱਥੋਂ ਦਾ ਚੀਫ ਮਿਨਿਸਟਰ ਹੁੰਦਾ ਮਾੜੀ ਮੋਟੀ ਉਹਦੀ ਸੁਣਦੇ ਨੇ। ਇਸ ਕਰਕੇ ਉਹ ਵੀ ਇੱਕ ਪੂਰੀ ਗੇਮ ਉਹਨਾਂ ਕੋਲ ਆ। ਦੂਸਰਾ ਉਹ ਇਸ ਗੱਲ ਦੇ ਉੱਤੇ ਮੇਰਾ ਇਹ ਮੰਨਣਾ ਸੀਟਾਂ 'ਚ ਚਾਹੇ ਟਰਾਂਸਲੇਟ ਨਾ ਹੋਵੇ, ਬੀਜੇਪੀ ਸੀਟਾਂ ਨਾ ਟਰਾਂਸਲੇਟ ਕਰ ਸਕੇ, ਪਰਸੈਂਟੇਜ ਵੱਡਾ ਟਰਾਂਸਲੇਟ ਕਰੇਗੀ। ਯਾਨੀ ਪਿਛਲੀ ਵਾਰ ਦੇ ਨਾਲੋਂ 117 ਦੇ ਉੱਤੇ ਲੜਨਾ ਉਹਨਾਂ ਨੇ, ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦਾ ਗੱਠਜੋੜ ਹੁੰਦਾ ਕੀ ਹੁੰਦਾ ਗਾ, ਹੈ ਨਾ, ਜਾਂ ਕੈਪਟਨ ਲਈ ਸੀਟਾਂ ਛੱਡਦੇ ਆ, ਉਹ ਢੀਂਡਸਿਆਂ ਲਈ ਛੱਡਦੇ ਹੈਗੇ, ਪਰ ਤੁਸੀਂ ਦੇਖੋਗੇ ਕਿ ਜਾਂ ਕੋਈ ਹੋਰ ਪਲੇਅਰ ਆ ਕੇ ਉਹਨਾਂ ਦੇ ਨਾਲ ਰਲ ਜਾਂਦਾ ਗਾ, ਪਰ ਉਹਨਾਂ ਦਾ ਜਿਹੜਾ ਵੋਟ ਸ਼ੇਅਰ ਹੋਏਗਾ ਉਹ ਵੱਡਾ ਹੋਏਗਾ। ਯਾਨੀ ਜੇ ਵੋਟ ਸ਼ੇਅਰ ਵੱਡਾ ਹੋਏਗਾ ਤਾਂ ਵੋਟ ਸ਼ੇਅਰ ਦੇ ਨਾਲ ਜਿਹੜੇ ਬਾਕੀ ਥਾਵਾਂ ਦੇ ਉੱਤੇ ਘੱਟ ਲੱਗੇਗਾ। ਜਿਹੜੀ ਮੈਂ ਗੱਲ ਕਹਿ ਰਿਹਾ ਹੈਗਾ ਕਿ 25 ਤੋਂ 30 ਤੱਕ ਕੋਈ ਸਰਕਾਰ ਬਣਾ ਜਾਏਗਾ, ਕੁਛ 27 'ਤੇ 28 'ਤੇ ਜਾਂ 30 'ਤੇ, ਮਤਲਬ ਐਂ ਹੋ ਸਕਦਾ ਗਾ, ਤਾਂ ਹੋਰ ਵੀ ਪਲੇਅਰ ਆ ਜਾਣਗੇ। ਮੰਨ ਲਓ ਕਿਸਾਨਾਂ ਦੀ ਇੱਕ ਪਾਰਟੀ ਆ ਜਾਂਦੀ ਹੈ, ਜਾਂ ਜਿਹੜੀਆਂ ਹੋਰ ਪਾਰਟੀਆਂ ਨੇ, ਜੇ ਕੋਈ ਜਿਵੇਂ ਮਨਪ੍ਰੀਤ ਬਾਦਲ ਦੀ ਪਾਰਟੀ, ਜਦੋਂ ਕੋਈ ਬਹੁਤਾ ਮਾਹੌਲ ਵੀ ਨਹੀਂ ਸੀਗਾ, ਜਦੋਂ ਮਨਪ੍ਰੀਤ ਨੂੰ ਲੱਗਦਾ ਸੀਗਾ ਉਦੋਂ ਇਸ ਤਰ੍ਹਾਂ ਦਾ ਮਾਹੌਲ ਅਜੇ ਨਹੀਂ ਬਣਿਆ ਸੀਗਾ, ਤਾਂ ਕਿੰਨਾ ਵੋਟ ਸ਼ੇਅਰ ਲੈ ਗਈ ਸੀ, 5-6%, 7% ਵੋਟ ਸ਼ੇਅਰ ਬਹੁਤ ਹੁੰਦਾ ਗਾ ਜੇ ਤੁਸੀਂ ਮਤਲਬ ਲੈ ਜਾਂਦੇ ਹੋ। ਤਾਂ ਜੇ 5-4 ਪਾਰਟੀਆਂ, ਮਤਲਬ ਬੀਜੇਪੀ ਲੈ ਕੇ ਜਾਂਦੀ ਹੈਗੀ, ਬੀਜੇਪੀ 10-12 ਦੇ ਨੇੜੇ ਜਾ ਕੇ ਖੜ੍ਹ ਜਾਂਦੀ ਹੈਗੀ, ਜਾਂ ਹੋਰ ਵੀ ਮੈਂ ਮਤਲਬ ਇਹ ਤਾਂ ਹੁਣ ਆਪਣੀ ਅਸੈਸਮੈਂਟ ਆ, ਵੱਧ ਵੀ ਸਕਦਾ ਉਹ, ਘੱਟ ਵੀ ਸਕਦਾ ਗਾ, ਤਾਂ ਇਸ ਕਰਕੇ ਉਹਦੇ ਨਾਲ ਫਿਰ ਆ ਕੇ ਗੇਮ 25-30% ਦੇ ਵਿੱਚ ਅਗਰ ਰੁਕ ਸਕਦੀ ਹੈ। ਔਰ ਬੀਜੇਪੀ ਦਾ ਇਹ ਬਹੁਤ ਸਾਰੀਆਂ ਥਾਵਾਂ 'ਤੇ ਫਾਰਮੂਲਾ ਰਿਹਾ ਹੈਗਾ ਕਿ ਆਪਦਾ ਵੋਟ ਸ਼ੇਅਰ ਵਧਾਉਣ ਦੀ ਥਾਂ ਇਹ ਜ਼ੋਰ ਲਾਉਣ ਦੀ ਥਾਂ ਕੀ ਆ, ਹੋਰ ਪਲੇਅਰ ਵਾੜ ਕੇ, ਜਿਵੇਂ ਉਸ ਓਵੈਸੀ ਬਾਰੇ ਕਿਹਾ ਜਾਂਦਾ ਕਿ ਉਹ ਵਾੜ ਦਿੰਦੇ ਨੇ, ਹੋਰ ਪਲੇਅਰ ਵਾੜ ਕੇ ਵੋਟ ਇੰਨੇ 'ਤੇ ਲਿਆਓ ਕਿ ਸਰਕਾਰ ਤੁਹਾਡੀ 25% ਨਾ ਬਣ ਜਾਵੇ, ਨਾ ਕਿ ਇਹਦੇ ਨਾਲ ਕਿ ਤੁਸੀਂ ਬਾਕੀ, ਹੈ ਨਾ, ਜਿੱਥੇ ਇੱਥੇ ਤੁਸੀਂ ਤੋੜ ਸਕਦੇ ਹੋ। ਤਾਂ ਬਹੁਤ ਸਾਰੀਆਂ ਖੇਡਾਂ, ਬਹੁਤ ਸਾਰੀਆਂ ਪਾਰਟੀਆਂ ਨੇ ਅਜੇ ਜਨਮ ਲੈ ਰਹੀਆਂ ਨੇ, ਜਨਮ ਲੈਣਾ ਹੈਗਾ, ਉਹ ਦਿਖ ਰਹੀਆਂ ਨੇ ਸਾਨੂੰ ਬਹੁਤ ਸਾਰਾ ਕੁਛ ਕੀ ਹੋ ਰਿਹਾ ਹੈਗਾ, ਕੌਣ ਕਿਹਦੇ ਨਾਲ ਭੁਗਤੇਗਾ, ਕੌਣ ਨਹੀਂ ਭੁਗਤੇਗਾ, ਕਿਸਾਨਾਂ ਦਾ ਇੱਕ ਧੜੇ ਰਹੇਗਾ, ਦੋ ਧੜੇ ਰਹਿਣਗੇ, ਇਹ ਸਾਰੀਆਂ ਚੀਜ਼ਾਂ ਵੀ ਆਉਣ ਵਾਲੇ ਸਮੇਂ 'ਚ ਨਿਰਭਰ ਕਰਨਗੀਆਂ। 2022 ਦੇ ਵਿੱਚ ਚਿਹਰੇ ਇੰਪੋਰਟੈਂਟ ਰਹਿਣਗੇ ਜਾਂ ਵਿਚਾਰਧਾਰਾ, ਜਾਂ ਗੱਲ ਕਰੀਏ ਜਿਹੜੇ ਕਾਰਡ ਖੇਡੇ ਜਾ ਰਹੇ, ਜਿਹੜੇ ਪੱਤੇ ਖੇਡੇ ਜਾ ਰਹੇ? ਦੇਖੋ, ਇੱਕ ਤਾਂ ਇਹ ਹੈਗਾ ਕਿ ਜੋ ਕੁਛ ਹੁਣ ਤੱਕ ਹੋਇਆ ਗਾ, ਇਹ ਨਹੀਂ ਹੈਗਾ ਕਿ ਕਾਂਗਰਸ ਨੂੰ ਇਸ ਗੱਲ ਦਾ ਫਾਇਦਾ ਨਹੀਂ ਮਿਲਿਆ ਹੋਏਗਾ ਕਿ ਉਹਨਾਂ ਨੇ ਆਪਣਾ CM ਦਲਿਤ ਚਿਹਰਾ ਦਿੱਤਾ ਗਾ, ਉਹਨਾਂ ਦਾ CM ਦਲਿਤ ਚਿਹਰਾ, ਅਗਲਾ CM ਕੌਣ ਆ ਪਤਾ ਨਹੀਂ, ਪਰ ਉਹਨਾਂ ਨੇ ਕਿਹਾ ਗਾ ਕਿ ਸਾਡੇ CM ਜਿਹੜੇ ਨੇ ਉਹ ਸਾਰਾ ਇੱਕ ਪ੍ਰਚਾਰ ਵੀ ਕੀਤਾ ਉਹਨਾਂ ਨੇ ਇਨਡਾਇਰੈਕਟ ਤਰੀਕੇ ਦੇ ਨਾਲ। ਦੂਸਰੇ ਪਾਸੇ ਕਿਹਾ ਜਾਂਦਾ ਕਿ ਕਾਊਂਟਰ ਪੋਲਰਾਈਜੇਸ਼ਨ ਹੋ ਸਕਦਾ ਜੱਟਾਂ ਦਾ ਜਾਂ ਜੱਟਾਂ ਦਾ ਖਾਸ ਤੌਰ ਦੇ ਉੱਤੇ, ਤਾਂ ਕਿਹਾ ਜਾਂਦਾ ਨਹੀਂ ਹੋਊਗਾ, ਉਹ ਤਾਂ ਹਮੇਸ਼ਾ ਹੀ ਨਹੀਂ ਹੁੰਦਾ ਰਿਹਾ, ਉਹ ਤਾਂ ਵੰਡ ਕੇ ਪੈਂਦੇ ਰਹੇ ਨੇ ਸਾਰੀਆਂ ਥਾਵਾਂ ਦੇ ਉੱਤੇ, ਇਤਿਹਾਸ ਚੱਕ ਕੇ ਦੇਖ ਲਓ, ਹੈ ਨਾ। ਤੀਜੇ ਪਾਸੇ ਆਮ ਆਦਮੀ ਪਾਰਟੀ ਇੱਕ ਆਪਣੇ ਤਰੀਕੇ ਦਾ ਗਵਰਨੈਂਸ ਦਾ ਮਾਡਲ ਲੈ ਕੇ ਆ ਰਹੀ ਹੈ, ਗਵਰਨੈਂਸ ਦੇ ਜ਼ਰੀਏ ਉਹ ਕਹਿੰਦੀ ਹੈ ਗਵਰਨੈਂਸ ਨਹੀਂ ਹੈਗੀ ਪੰਜਾਬ 'ਚ, ਅਸੀਂ ਆਵਾਂਗੇ ਗਵਰਨੈਂਸ ਹੋਏਗੀ। ਅਤੇ ਚੌਥੇ ਪਾਸੇ ਅਕਾਲੀ ਦਲ ਆ ਜਿਹੜਾ ਉਹ ਲਗਾਤਾਰ ਇਹ ਕਹਿ ਰਿਹਾ ਜੇ ਪੰਜਾਬ ਨੂੰ ਬਚਾਉਣਾ ਤਾਂ ਖੇਤਰੀ ਪਾਰਟੀ ਬਚਾਏਗੀ, ਅਸੀਂ ਤੁਹਾਡੇ ਆਪਣੇ ਹਾਂ, ਅਸੀਂ ਮਾੜੇ ਹੋ ਸਕਦੇ ਹਾਂ, ਸਾਡੇ ਨਾਲ ਲੜਾਈਆਂ ਹੋ ਸਕਦੀਆਂ ਤੁਹਾਡੀਆਂ, ਪਰ ਅਸੀਂ ਜ਼ਮੀਨ 'ਤੇ ਜਾਏ ਹਾਂ, ਸਾਡੇ ਨਾਲ ਖੜ੍ਹੇ ਹੋ ਇਸ ਤਰ੍ਹਾਂ ਦਾ। ਇੱਕ ਤੁਸੀਂ ਦੇਖ ਰਹੇ ਹੋ ਪ੍ਰਕਾਸ਼ ਸਿੰਘ ਬਾਦਲ, ਉਹ ਸਾਰੇ ਲਗਾਤਾਰ ਕਾਂਗਰਸ ਦੇ ਉੱਤੇ ਵੀ ਗੱਲ ਵਰੇ ਨੇ, ਉਹ ਸੁਖਬੀਰ ਬਾਦਲ ਵੀ ਲਗਾਤਾਰ ਇਸ ਤਰ੍ਹਾਂ ਦੀ ਗੱਲ ਕਰ ਰਹੇ, ਤਾਂ ਕਹਿ ਵੀ ਰਹੇ ਨੇ ਕਿ ਹਾਂ ਅਗਰ ਕੋਈ, ਜਿਵੇਂ ਉਹਨਾਂ ਦਾ ਆਪਾਂ ਪੁੱਛਿਆ ਵੀ ਕਿ ਵਿਆਖਿਆ ਕਰੋ ਇਸ ਗੱਲ ਦੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਗਲਤੀਆਂ ਹੋ ਗਈਆਂ, ਉਹ ਕਹਿੰਦੇ ਹਾਂ ਠੀਕ ਆ
ਕੰਮ ਕਰਦੇ ਹਾਂ ਬਹੁਤ ਸਾਰੀਆਂ ਹੋ ਸਕਦੀਆਂ, ਪਰ ਉਹਨੂੰ ਉਹਦੀ ਵਿਆਖਿਆ ਕੋਈ ਹੋਰ ਕਿਵੇਂ ਕਰਦਾ ਇਹ ਮੈਂ ਨਹੀਂ ਕਹਿ ਸਕਦਾ। ਪਰ ਮੈਨੂੰ ਇਹ ਲੱਗਦਾ ਗਾ ਕਿ ਇਹ ਜਿਹੜੀਆਂ ਚੀਜ਼ਾਂ ਨੇ 2022 ਦੇ ਅੰਦਰ ਜ਼ਿਆਦਾ ਇੰਪੋਰਟੈਂਟ, ਜਦੋਂ ਇਹ ਸਾਰੀਆਂ ਚੀਜ਼ਾਂ ਦਾ ਇੰਨਾ ਮਿਲਗੋਬਾ ਹੋਏਗਾ, ਚਿਹਰੇ ਵੀ ਬਹੁਤ ਇੰਪੋਰਟੈਂਟ ਰਹਿਣੇ, ਚਿਹਰਿਆਂ ਦੀ ਰਾਜਨੀਤੀ ਵੀ 2022 ਲਈ ਬੜੀ ਇੰਪੋਰਟੈਂਟ ਹੋਏਗੀ। ਕਿਉਂਕਿ ਜਦੋਂ ਆ ਕੇ ਗੱਲ ਜਮ੍ਹਾਂ ਐਂਡ ਆਫ ਟਿਕਦੀ ਹੈਗੀ ਦਿਨਾਂ ਦੇ ਅੰਦਰ, ਉਦੋਂ ਬੰਦਾ ਉਹਦੇ 'ਤੇ ਵੀ ਜਾਂਦਾ। ਕਿਉਂਕਿ ਵਿਚਾਰਧਾਰਾ ਵਾਲਾ ਦੌਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਨੇ ਕੰਮ ਕੀਤਾ, ਜਿਸ ਤਰੀਕੇ ਦੇ ਨਾਲ ਇੱਕ ਸਮਝ ਬਣੀ ਹੈ, ਰਾਜਨੀਤਿਕ ਚੇਤਨਾ ਆਈ ਹੈਗੀ, ਉਹਦੇ 'ਚੋਂ ਵਿਚਾਰਧਾਰਾ ਦੇ ਲੈਵਲ ਦੇ ਉੱਤੇ ਕੋਈ ਪਾਰਟੀ ਖੜਾ ਕਰ ਜਾਏਗੀ, ਜਿਵੇਂ BJP ਮੈਨੂੰ ਇਕੱਲੀ ਲੱਗਦੀ ਹੈ ਕਿ BJP ਆਪਣੇ ਹਿੰਦੂਤਵ ਦੇ ਜ਼ਰੀਏ ਮਤਲਬ ਹਿੰਦੂ ਵੋਟ ਦਾ ਪੋਲਰਾਈਜੇਸ਼ਨ ਕਰ ਲੈਂਦੀ ਹੈਗੀ ਇੱਕ ਲੈਵਲ ਦੇ ਉੱਤੇ। ਉਹਦੇ 'ਚ ਵੀ ਸਾਰਾ ਨਹੀਂ, ਜੇ ਤੁਸੀਂ ਦੇਖੋਗੇ, ਮੈਂ ਅਕਸਰ ਕਹਿੰਦਾ ਹੁੰਦਾ ਕਿ ਲੁਧਿਆਣੇ ਤੋਂ ਲੈ ਕੇ ਜਿਹੜਾ ਬਠਿੰਡੇ ਤੱਕ ਦਾ ਵੋਟਰ ਹੈਗਾ ਹਿੰਦੂ ਵੋਟਰ ਹੋਰ ਤਰ੍ਹਾਂ ਦਾ ਹੈਗਾ, ਜੇ ਪਠਾਨਕੋਟ ਤੋਂ ਲੈ ਕੇ ਲੁਧਿਆਣੇ ਤੱਕ ਦੇਖੋਗੇ ਹੋਰ ਤਰ੍ਹਾਂ ਦਾ, ਸ਼ਹਿਰਾਂ ਦਾ ਹਿੰਦੂ ਵੋਟਰ ਹੋਰ ਤਰ੍ਹਾਂ ਰਿਐਕਟ ਕਰਦਾ ਹੈਗਾ, ਪਿੰਡਾਂ ਦਾ ਹੋਰ ਤਰ੍ਹਾਂ ਰਿਐਕਟ ਕਰਦਾ, ਉਹਦੇ 'ਚ ਤੁਹਾਡੇ ਪ੍ਰੋਡਕਸ਼ਨ ਰਿਲੇਸ਼ਨ ਕੀ ਨੇ, ਉਹਦੇ 'ਚ ਤੁਹਾਡੇ ਰਿਲੇਸ਼ਨ ਕੀ ਨੇ ਗੇ ਹਰ ਤਰ੍ਹਾਂ ਦੇ, ਯਾਨੀ ਜੇ ਕੋਈ ਆੜ੍ਹਤੀ ਇਹਦੇ ਨਾਲ ਕਿਸੇ ਜੱਟ ਦਾ ਰਿਲੇਸ਼ਨ ਕੀ ਆ, ਬਹੁਤ ਸਾਰੀਆਂ ਉਹ ਵੀ ਇੱਕ ਨਿੱਕੀਆਂ ਨਿੱਕੀਆਂ ਕਹਾਣੀਆਂ ਨੇ, ਉਹਦੇ ਜ਼ਰੀਏ ਵੀ ਉਹ ਸਮਝ 'ਚੋਂ ਵੀ ਵੋਟਿੰਗ ਹੁੰਦੀ ਹੈਗੀ। ਤਾਂ ਉਸ ਮਾਸ ਸਾਈਕੀ ਨੂੰ ਜਦੋਂ ਤੁਸੀਂ ਅੰਡਰਸਟੈਂਡ ਕਰਦੇ ਹੋਗੇ ਕਿ ਮਾਸ ਲੈਵਲ ਦੇ ਉੱਤੇ ਜਿਹੜੇ ਬਹੁਤ ਵੱਡੇ ਵਰਗ ਨੇਗੇ, ਜਿਨ੍ਹਾਂ ਦੇ ਅੰਦਰ ਪੰਜਾਬ 'ਚ ਦਲਿਤਾਂ ਦੀ ਆਬਾਦੀ ਹੈ, ਜਿਨ੍ਹਾਂ ਦੇ ਅੰਦਰ ਪੰਜਾਬ 'ਚ ਸਿੱਖਾਂ ਦੀ ਆਬਾਦੀ ਹੈ, ਹਿੰਦੂਆਂ ਦੀ ਆਬਾਦੀ ਹੈ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਣੇ ਆਪਣੇ ਤਰੀਕੇ ਨਾਲ ਆਪਣੀ ਆਪਣੀ ਵਿਚਾਰਧਾਰਾ ਦੇ ਨਾਲ ਸਾਰੇ ਬੰਦੇ ਕਰਨਗੇ ਕੋਸ਼ਿਸ਼। ਪਰ ਕਿਉਂਕਿ ਆਈਡਿਓਲੋਜੀ ਵਾਲਾ ਦੌਰ ਇੰਨਾ ਭਾਰੂ ਨਹੀਂ ਹੈ, ਕਿਉਂਕਿ ਪ੍ਰਿੰਸੀਪਲੀ ਸਾਰੀਆਂ ਪਾਰਟੀਆਂ ਤਕਰੀਬਨ ਆਪਣੀ ਆਈਡਿਓਲੋਜੀ ਤੋਂ ਹਿੱਲ ਚੁੱਕੀਆਂ ਨੇ, ਪ੍ਰਿੰਸੀਪਲੀ ਤਕਰੀਬਨ, ਮਤਲਬ BJP ਕਹਿ ਦਿਓ, ਸਵਦੇਸ਼ੀ ਦੀ ਗੱਲ ਕਰਦੀ ਸੀ ਉਹ ਹਿੱਲ ਚੁੱਕੀ ਹੈ, ਕਿਸੇ ਮਰਜ਼ੀ ਪਾਰਟੀ ਦਾ ਨਾਂ ਲਓ ਤੁਸੀਂ, ਆਮ ਆਦਮੀ ਕਹਿ ਲਓ, ਸਵਰਾਜ ਦੀ ਗੱਲ ਕਰਦੇ ਸੀ, ਅਕਾਲੀ ਦਲ ਦੀ ਇੱਕ ਪੋਲੀਟਿਕਸ ਸੀਗੀ, ਪ੍ਰਿੰਸੀਪਲੀ ਸਾਰੇ ਹੀ ਮੰਨਦੇ ਆ ਇਹ ਵਿਦਵਾਨ ਬੰਦੇ ਕਿ ਪ੍ਰਿੰਸੀਪਲੀ ਕੋਈ ਵੀ ਪਾਰਟੀ ਆਪਣੇ ਪ੍ਰਿੰਸੀਪਲ 'ਤੇ ਨਹੀਂ ਹੈ, ਯਾਨੀ ਉਹਨਾਂ ਸਿਧਾਂਤਾਂ 'ਤੇ ਨਹੀਂ ਖੜੀ ਜਿਨ੍ਹਾਂ ਤੋਂ ਚੱਲੀ ਸੀਗੀ। ਤਾਂ ਵਿਚਾਰਧਾਰਾ ਉੱਥੇ ਕੰਮ ਕਰਦੇ ਜੇ ਤੁਸੀਂ ਪ੍ਰਿੰਸੀਪਲੀ ਬਹੁਤ ਸਟਰੋਂਗ ਹੁੰਦੇ ਹੋ, ਨਹੀਂ ਤਾਂ ਫਿਰ ਐਂਡ ਆਫ ਦੀ ਡੇ ਜਾ ਕੇ ਚਿਹਰਿਆਂ 'ਤੇ ਵੀ ਗੱਲ ਟਿਕਦੀ ਹੈ। ਇਸ ਕਰਕੇ ਮੈਨੂੰ ਲੱਗਦਾ ਚਿਹਰੇ ਵੀ ਬੜੇ ਅਹਿਮ ਰਹਿਣਗੇ 2022 ਦੇ ਲਈ। ਦੇਖਦੇ ਹਾਂ ਹੁਣ, ਮਤਲਬ ਇਹ ਮੈਂ ਜਿਵੇਂ ਕਹਿ ਰਿਹਾ ਗਾ ਕਿ ਹੁਣ ਤੱਕ ਦੀ ਅਸੀਂ ਇੱਕ ਮਾਹੌਲ ਨੂੰ ਅਸੈਸਮੈਂਟ ਕਰਕੇ, ਹੈ ਨਾ, ਹੁਣ ਤੱਕ ਦੇ ਮਾਹੌਲ ਨੂੰ ਅਸੈਸ ਕਰਕੇ ਇਹ ਗੱਲ ਕਹਿ ਰਹੇ ਹਾਂ। ਰਾਜਨੀਤੀ ਦੇ ਅੰਦਰ ਰਾਤੋਂ ਰਾਤ ਚੀਜ਼ਾਂ ਬਦਲ ਜਾਂਦੀਆਂ ਨੇ, ਬਦਲਦੀਆਂ ਦੇਖੀਆਂ ਨੇ ਅਸੀਂ। ਇਸ ਕਰਕੇ ਕੱਲ੍ਹ ਨੂੰ ਰਾਜਨੀਤੀ 'ਚ ਕੀ ਡਿਵੈਲਪਮੈਂਟ ਹੋ ਜਾਂਦੀ ਹੈ, ਕਿ ਰਾਜਨੀਤੀ 'ਚ ਸਥਾਈ ਸ਼ਬਦ ਹੁੰਦੇ ਨਹੀਂ, ਸਥਾਈ ਸ਼ਬਦ ਉਹਦੀ ਡਿਕਸ਼ਨਰੀ 'ਚ ਨਹੀਂ ਹੈਗਾ, ਸਭ ਕੁਝ ਅਸਥਾਈ ਹੈ, ਕਿਉਂਕਿ ਇੱਕੋ ਮੂਵਮੈਂਟ ਦੇ ਨਾਲ ਪੂਰੀ ਕਹਾਣੀ ਬਦਲ ਜਾਂਦੀ। ਜਿਵੇਂ ਕੈਪਟਨ, ਤੁਸੀਂ ਦੇਖੋ ਨਾ, ਆਪਣੇ ਸਾਹਮਣੇ ਹੋਇਆ, ਕੋਈ ਯਕੀਨ ਕਰਦਾ ਸੀ ਐਂ ਹੋਜੂਗਾ? ਬੇਦਬਾ ਦੇਵੀ ਵੇਲੇ ਕੋਈ ਯਕੀਨ ਕਰਦਾ ਸੀ ਪੰਜਾਬ 40 ਦਿਨ ਬੰਦ ਰਹੂਗਾ? ਜਾਟ ਅੰਦੋਲਨ ਵੇਲੇ ਕੋਈ ਯਕੀਨ ਕਰਦਾ ਸੀ ਕਿ ਨੈਸ਼ਨਲ ਹਾਈਵੇ ਬੰਦ ਹੋਜੂਗਾ? ਕਿਸਾਨ ਅੰਦੋਲਨ ਵੇਲੇ ਕੋਈ ਯਕੀਨ ਕਰਦਾ ਸੀਗਾ ਕਿ 1 ਸਾਲ ਕਿਸਾਨ ਦਿੱਲੀ ਬੈਠੇ ਰਹਿਣਗੇ? ਇਹ ਹੁੰਦੀ ਹੈ ਰਾਜਨੀਤੀ ਨੂੰ ਹਰ ਚੀਜ਼ ਨੇ ਪ੍ਰਭਾਵਿਤ ਕਰਨਾ ਹੁੰਦਾ। ਇਸ ਕਰਕੇ ਅਗਲੀਆਂ ਕਿਹੜੀਆਂ ਘਟਨਾਵਾਂ ਨੇ, ਅੱਗੇ ਕੀ ਡਿਵੈਲਪਮੈਂਟਾਂ ਹੁੰਦੀਆਂ ਨੇ, ਕਿਹੜੀ ਪਾਰਟੀ ਕਿੱਥੇ ਜਾਂਦੀ ਹੈ, ਕਿਸਾਨ ਕਿੱਥੇ ਜਾਂਦੀ ਹੈ, TMC ਮੈਦਾਨ 'ਚ ਆਉਂਦੀ ਹੈ ਕਿ ਕਿਸਾਨ TMC 'ਤੇ ਤਾਂ ਨਹੀਂ ਲੜ ਜਾਣਗੇ, TMC ਨਾਲ ਨਾ ਤਾਂ ਕੋਈ ਨਾਤਾ ਹੋ, ਬਹੁਤ ਸਾਰੀਆਂ ਗੱਲਾਂ ਨੇ ਆਉਣ ਵਾਲੇ ਸਮੇਂ ਦੇ ਮੈਨੂੰ ਲੱਗਦਾ ਗਰਭ 'ਚ ਪਈਆਂ ਨੇ। ਉਦੋਂ ਪਤਾ ਲੱਗੇਗਾ ਕਿ ਅਗਲੀਆਂ ਕਹਾਣੀਆਂ ਕੀ ਕਹਿ ਰਹੀਆਂ ਨੇ। ਤਾਂ 2022 ਦੀਆਂ ਕਹਾਣੀਆਂ ਕਿੱਧਰ ਨੂੰ ਜਾਂਦੀਆਂ ਨੇ ਅਤੇ ਇਹਨਾਂ ਦੇ ਪਾਤਰਾਂ 'ਚੋਂ ਕਿਹੜਾ ਮੁੱਖ ਪਾਤਰ ਬਣਦਾ ਹੈ, ਕਿਹੜਾ ਮਹੱਤਵਪੂਰਨ ਅਤੇ ਕਿਹੜਾ ਸਹਾਇਕ, ਇਹ ਆਉਣ ਵਾਲਾ ਸਮਾਂ ਦੱਸੂਗਾ।